ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸਵੈਯਾ ਸੁੰਦਰ ਸ਼੍ਰੀ ਅਰਬਿੰਦ ਬਣੇ ਗੁਰ ਕੀਰਤ ਆਨੰਦ ਬ੍ਰਿੰਦ ਜੈ। ਧੰਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੀਰਤੀ ਵਡਿਆਈ ਹੈ, ਬਹੁਤੇ ਆਨੰਦ ਨੂੰ ਪੈਦਾ ਕਰਨ ਵਾਲੀ ਹੈ। ਬਣੀ ਮੈਨੂੰ ਬਣੀ ਹੈ, ਫਵ ਰਹੀ ਹੈ, ਬਣੀ ਨਾਮ ਆਨੰਦ ਦੀ ਬਗੀਚੀ ਹੈ, ਬਾਟਕਾ ਆ, ਗੁਰ ਕੀਰਤ ਆਨੰਦ ਬ੍ਰਿੰਦ ਜਈ। ਗੁਰੂ ਦੀ ਜਿਹੜੀ ਕੀਰਤੀ ਹੈ ਆਨੰਦ ਨੂੰ ਪੈਦਾ ਕਰਨ ਵਾਲੀ ਹੈ। ਸਮੂਹ ਜਿੰਨਾ ਵੀ ਆਨੰਦ ਆ ਉਹਨੂੰ ਪੈਦਾ ਕਰਨ ਵਾਲੀ ਹੈ। ਮੰਜ਼ਿਲ ਮਰਾਲਨ ਉਜਲ ਸਾਰ ਦੱਸੋ ਨਿਤ ਨਈ। ਇਹ ਜਿਹੜੀ ਗੁਰੂ ਦੀ ਕੀਰਤੀ ਹੈ ਉਹ ਆਨੰਦ ਨੂੰ ਪੈਦਾ ਕਰਨ ਵਾਲੀ ਹੈ, ਔਰ ਸੁੰਦਰਤਾ ਵਿੱਚ ਕਬਲਾਂ ਵਰਗੀ ਹੈ, ਕਬਲਾਂ ਨੂੰ ਫਬ ਰਹੀ ਹੈ, ਸੋਭਾ ਪਾ ਰਹੀ ਹੈ। ਫਿਰ ਉਹ ਆਪਣੀ ਮੰਜ਼ਿਲ ਰੂਪਤਾ ਦੇ ਵਿੱਚ ਹੰਸਾਂ ਵਾਂਗ ਉੱਜਲ ਆ, ਅਤੇ ਆਪਣੀ ਸੋਭਾ ਦੇ ਅੰਦਰ ਸਾਰਦਾ ਵਾਂਗ ਨਿਤ ਹਮੇਸ਼ਾ ਨਵੀਂ ਤੋਂ ਨਵੀਂ ਸੋਭਾ ਦੇ ਰਹੀ ਹੈ। ਐਸੀ ਗੁਰੂ ਦੀ ਕੀਰਤੀ ਵਡਿਆਈ ਹੈ। ਮੰਜ਼ਿਲ ਮਰਾਲਨ ਉੱਜਲ, ਮੰਜ਼ਿਲ ਮੈਨ ਮਨ ਨੂੰ ਭਾਉਣ ਵਾਲਾ, ਉੱਜਲ ਜਿਹੜਾ ਮਨ ਨੂੰ ਪਸੰਦ ਹੈ, ਪਵਿੱਤਰ। ਮਰਾਲਨ, ਮਰਾਲ ਹੰਸ ਦਾ ਮਰਾਲਨ ਅਤੇ ਨੰਨੇ ਨੂੰ ਸਿਹਾਰੀ ਹੈ, ਅਤੇ ਹੰਸਨੀਆਂ ਦਾ ਅਰਥ ਵੀ ਬਣ ਜਾਂਦਾ ਹੈ। ਹੰਸਾਂ ਵਾਂਗ ਉਜਲਿਆ ਮਨ ਨੂੰ ਭਾਉਣ ਵਾਲੀ ਹੈ। ਸਾਰਦ ਸੋਭਤ ਨਿਤ ਨਹੀਂ, ਸਾਰਦ ਮੈਨੇ ਸੁਰਸਤੀ ਜਿਹੜੀ ਵਿੱਦਿਆ ਦੀ ਦੇਵੀ ਹੈ, ਕਵੀਆਂ ਨੇ ਉਹਨੂੰ ਬੜਾ ਉੱਜਲ ਪਵਿੱਤਰ ਸੋਭਾ ਵਾਲੀ ਮੰਨਿਆ। ਨਿਤ ਨਹੀਂ, ਨਿਤ ਹਮੇਸ਼ਾ ਵਾਸਤੇ ਨਵੀਨ ਹੈ, ਨਵੀਂ ਹੈ। ਜੇ ਗੁਣ ਗ੍ਰਾਹ ਗੁਣੀ ਅਲ ਕੰਦਲ ਪ੍ਰੀਤ ਸੁਗੰਧਗੀ ਚੀਤ ਭਈ। ਫਿਰ ਅੱਗੇ ਦੱਸਦੇ ਜਿਹੜੇ ਗੁਣਾਂ ਦੇ ਗ੍ਰਾਹਕ ਆ, ਇਹ ਜਿਹੜੀ ਸੁੰਦਰਤਾ ਦੀ ਸ਼ੋਭਾ ਵਡਿਆਈ ਨੂੰ ਦੇਖ ਕੇ ਜਿਹੜੇ ਪ੍ਰੇਮੀ ਉਹ ਭੌਰਿਆਂ ਦੇ ਸਮਾਨ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਗੁਣੀ ਪੁਰਖ ਆ, ਔਰ ਉਹਨਾਂ ਦੇ ਚਿੱਤ ਵਿੱਚ ਸਦਾ ਵਾਸਤੇ ਹਮੇਸ਼ਾ ਸੁਗੰਧੀ ਰਹਿਣ ਦੀ ਜਿਹੜੀ ਪ੍ਰੀਤੀ ਹੈ ਉਹ ਉਦਤ ਮੈਨੂੰ ਪ੍ਰਗਟ ਹੋ ਰਹੀ ਹੈ। ਕਿਉਂਕਿ ਜਿਵੇਂ ਭੌਰਾ ਆ ਉਹ ਫੁੱਲ ਦੀ ਸੁਗੰਧੀ ਲੈਂਦਾ, ਅਤੇ ਇਸ ਤਰ੍ਹਾਂ ਜਿਹੜੇ ਪ੍ਰੇਮੀ ਆ ਉਹ ਫਿਰ ਗੁਣਾਂ ਦੇ ਗ੍ਰਾਹਕ ਆ। ਅਲ ਕੰਦਲ, ਅਲ ਮੈਨੂੰ ਭੌਰਿਆਂ ਦੀ ਨਹੀਂ, ਕੰਦਲ ਦਾ ਮੈਨੂੰ ਸਮੂਹ ਵੀ ਹੁੰਦਾ, ਕੰਦਲ ਸੋਨੇ ਦਾ ਵਾਚਕ ਵੀ ਹੈ। ਕੰਦਲ ਮੈਨੇ ਜਿਵੇਂ ਉਹ ਫੁੱਲ ਦਾ ਨਵੀਆਂ ਪੰਖੜੀਆਂ ਫੁੱਟੀਆਂ ਹੋਣੀਆਂ, ਫੁੱਲ ਪੈਣ, ਉੱਜਲ ਕਹਿ ਲਓ, ਸੁੰਦਰ ਕਹਿ ਲਓ, ਸੋਭਾ ਕਹਿ ਲਓ, ਖੇੜਾ ਕਹਿ ਲਓ, ਉਹਨਾਂ ਦਾ ਮਨ ਜਿਹੜਾ ਮਸਤ ਖਿੜੇ ਆ। ਜਿਸ ਤਰ੍ਹਾਂ ਭੌਰਾ ਜਿਹੜਾ ਫੁੱਲਾਂ 'ਤੇ ਖੁਸ਼ ਹੁੰਦਾ ਅਤੇ ਖਿੜੇ ਦਿਲ ਨੂੰ ਗੂੰਜਾਂ ਪਾਉਂਦਾ ਫਿਰਦਾ, ਇਸ ਤਰ੍ਹਾਂ ਉਹ ਜਿਹੜੇ ਗੁਰੂ ਫਿਰੇ ਗ੍ਰਾਹ ਗੁਣੀ, ਗੁਣਾਂ ਦੇ ਗ੍ਰਾਹ, ਅਲ ਕੰਦਲ ਪ੍ਰੀਤ ਸੁਗੰਧ ਕੀ ਚੀਤ ਪਏ। ਅਲ ਭੌਰੇ ਮੂੰਹ ਕੰਦਲ, ਉਹ ਜਿਹੜੀ ਫੁੱਲ ਦੀ ਸੁੰਦਰ ਪ੍ਰੀਤੀ ਹੈ ਸੁਗੰਧੀ ਵਾਲੀ, ਉਹਦੇ ਚਿੱਤ 'ਚ ਪਈ ਹੈ, ਚੰਗੀ ਲੱਗਦੀ ਹੈ। ਜਾਚ ਤੋਂ ਕਰ ਜੋਰ ਨੇ ਹੋਰ ਮਾਨਸ ਮੇਰੇ ਮੂੰਹ ਹੋ ਥਿਰਈ, ਕਰ ਜੋਰ ਨੇ ਹੋਰ, ਹੱਥ ਜੋੜ ਕੇ ਨਿਹੋਰਤ ਦੇਖ ਰਹੇ ਹਾਂ, ਬੇਨਤੀ ਤਰਲੇ ਮਿੰਤ ਕਰ ਰਹੇ ਹਾਂ। ਮਾਨਸ ਮੇਰੇ ਮੂੰਹ ਹੋ ਥਿਰਈ, ਮੇਰੇ ਮਾਨਸ ਮਨ ਦੇ ਮੋਹ ਮੈਨੇ ਵਿੱਚ ਥਿਰਈ, ਮੈਨੇ ਥਿਰ ਹੋ ਜਾਓ, ਟਿਕ ਜਾਓ। ਇਹ ਕਵੀ ਵੱਲੋਂ ਬੇਨਤੀ ਹੈ, ਇਹ ਮੰਗ ਰਿਹਾ ਕਿ ਸਤਿਗੁਰੂ ਜੀ
ਇਹਦਾ ਸੁੰਦਰ ਆ, ਉੱਜਲ ਪਵਿੱਤਰ ਆ, ਨਿੱਤ ਨਵਾਂ। ਇਹ ਸੋਭਾ ਵਾਲੀ ਵਡਿਆਈ ਦੀ ਜਿਹੜੀ ਸੁਗੰਧੀ ਲੈਣ ਦੀ ਪ੍ਰੀਤੀ ਆ, ਇਹ ਮੇਰੇ ਮਨ 'ਚ ਹਮੇਸ਼ਾ ਟਿਕ ਜਾਏ, ਸ਼ਰਧਾ ਵਾਲਾ ਭਾਵ ਬਣਿਆ ਰਹੇ, ਕਦੀ ਮਨ 'ਚ ਨਾਸਤਕ ਵਾਲੀ ਬਿਰਤੀ ਨਾ ਬਣੇ। ਸ਼੍ਰੀ ਬਾਲਾ ਸੰਧੁਰ ਬਾਚ ਚਿੱਤਰਪਦਾ ਛੰਦ ਜਾਵੇਂ ਖੇਲ ਬਾਲਕ ਸੁਮਿਲ ਬੋਲਤ ਬੋਲ ਬਲਾਸ ਵਸਾਲਾ। ਜਾਵੇਦ ਇਸ ਵਿਧੀ ਨਾਲ ਬਾਲਕਾਂ ਨਾਲ ਖੇਲਦੇ ਆ, ਮਿਲ ਕੇ ਵਚਨ ਬੋਲਦੇ ਆ, ਬੋਲ ਬਲਾਸ ਵਸਾਲਾ। ਬੜੇ ਬਲਾਸ ਜਿਹੜੇ ਖੁਸ਼ੀਆਂ ਦੇ ਦੇਣ ਵਾਲੇ ਬੋਲ ਆ, ਬੜੇ ਬੋਲ, ਬੜੇ ਸੁੰਦਰ ਬੋਲ, ਉਹਨਾਂ ਨੂੰ ਬੋਲਦੇ ਆ। ਵਸਾਲ ਬੜੇ ਬੜੇ ਜਿਹੜੇ ਸੁੰਦਰ ਬੋਲ ਵਚਨ ਆ, ਬਲਾਸ ਖੁਸ਼ੀ ਦੇ ਨਾਲੇ ਬੋਲਦੇ ਆ। ਭੂਖਤ ਭੂਖਨ ਸੋ ਬਿਨਾਂ ਦੁਖਨ ਖੋਤ ਕਲੂਖਨ ਦੀਨ ਦਿਆਲਾ। ਮਿਲ ਬੋਲਤ ਬੋਲ ਬਲਾਸ ਵਸਾਲ, ਭੂਖਤ ਭੂਖਨ ਸੋ ਬਿਨ ਦੁਖਨ ਖੋਤ ਕਲੂਖਨ ਦੀਨ ਦਿਆਲਾ। ਭੂਸ਼ਤ ਭੂਖਨ ਸੋ, ਹੋਰ ਕਹਿੰਦੇ ਹੋ ਭੂਸ਼ਿਤ ਹੁੰਦਾ ਆ ਸੁਭਾਵਾਨ ਹੋਣਾ, ਹਾਂਜੀ, ਕਿ ਜਿਸ ਤਰ੍ਹਾਂ ਗਹਿਣਿਆਂ ਨਾਲ ਕੋਈ ਸੁਭਾਵਾਨ ਹੁੰਦਾ ਨਾ, ਪ੍ਰੇਮੀ ਸ਼ਬਦ ਬੋਲਦੇ ਆ, ਗਹਿਣਿਆਂ ਨਾਲ ਸਾਜ ਰਿਹਾ, ਦੋਸ਼ਾਂ ਤੋਂ ਰਹਿਤ ਆ। ਔਰ ਪਾਪ ਜਿਹੜੇ ਆ ਕਲੂਖਨ, ਕਲੂਖਨ ਪਾਪ, ਉਹਨਾਂ ਨੂੰ ਖੋਤ ਨਾਸ ਕਰਦੇ ਆ। ਦੀਨ ਦਿਆਲ, ਦੀਨਾਂ 'ਤੇ ਦਇਆ ਕਰਨ ਵਾਲੇ, ਜਦੋਂ ਬਾਲਕਾਂ ਨਾਲ ਮਿਲ ਕੇ ਪ੍ਰੇਮ ਦੇ ਸ਼ਬਦ ਬੋਲਦੇ ਆ, ਗਹਿਣਿਆਂ ਨਾਲ ਸਾਜ ਰਹੇ ਆ, ਦੋਸ਼ਾਂ ਤੋਂ ਰਹਿਤ ਆ, ਪਾਪਾਂ ਦਾ ਨਾਸ ਕਰਦੇ ਆ, ਜਿਹੜੇ ਗਰੀਬ ਆ ਉਹਨਾਂ 'ਤੇ ਦਇਆ ਕਰਦੇ ਆ। ਭੂਰ ਬਦੂਖ ਬਦੂਖਨ ਮੈਂ ਤਰ ਰੂਖਨ ਕੇ ਕਵ ਰਾਜਤ ਸਾਲ। ਭੂਰ ਬਦੂਖ ਬਦੂਖਨ, ਔਰ ਫਿਰ ਕਹਿੰਦੇ ਜਿਹੜੇ ਬੜੇ ਬੜੇ ਪਾਰੀ ਬਦੁੱਖ ਪੰਡਿਤ ਆ, ਪੰਡਿਤਾਂ ਦੇ ਵੀ ਪੰਡਿਤ ਆ, ਵਿਦਵਾਨਾਂ ਦੇ ਵੀ ਵਿਦਵਾਨ ਆ। ਤਰ ਰੁਖਨ ਕੇ ਰਾਜਤ ਸਾਲ, ਕਦੀ ਰੁਖਨ ਦਰਖਤ, ਤਰ ਦਰਖਤਾਂ ਦੇ ਰੁੱਖਾਂ ਦੇ ਤਰ ਤਲੇ ਥੱਲੇ, ਕਬ ਰਾਜਤ ਸਾਲ, ਕਦੀ ਘਰ ਵਿੱਚ ਆ ਕੇ ਬਰਾਜਦੇ ਆ, ਮੌਜ ਦੇ ਮਾਲਕ ਆ, ਕਦੀ ਰੁੱਖਾਂ ਥੱਲੇ ਆ ਕੇ, ਕਦੀ ਸਾਲ ਘਰ ਵਿੱਚ ਆ ਕੇ ਬਰਾਜਦੇ ਆ। ਬਾਲ ਰਹੇ ਅਲਵਾਲਤ ਜਾਲ ਬਲੋਕਤ ਲੋਚਨ ਹੋਤ ਨਹੀਂ, ਔਰ ਬਾਲ ਰਹੇ ਅਲਵਾਲਤ ਜਾਲ ਬਲੋਕਤ ਲੋਚਨ ਹੋਤ ਨਹੀਂ। ਹੁਣ ਇਸ ਤਰ੍ਹਾਂ ਉਹਨਾਂ ਦੀ ਕਿਰਿਆ ਕਵੀ ਦੱਸਦੇ ਹੈ ਕਿ ਕੈਸਾ ਉਹਨਾਂ ਦਾ ਸੁਭਾਅ ਬਣਿਆ। ਬਾਲ ਰਹੇ ਅਲਵਾਲਤ, ਫਿਰ ਕਈ ਵਾਰੀ ਘਰ ਦੇ ਵਿਹੜੇ ਵਿੱਚ ਚਾਰ ਚੁਫੇਰੇ ਜਿਹੜੇ ਖੇਡਦੇ ਆ, ਔਰ ਫਿਰ ਬਲੋਕਤ ਲੋਚਨ ਅੱਖਾਂ ਨਾਲ ਦੇਖ ਕੇ ਬਹੁਤ ਨਿਹਾਲ। ਬਾਲ ਰਹੇ ਅਲਵਾਲਤ ਜਾਲ, ਜਿਹੜੇ ਕਈ ਵਾਰੀ ਤਾਂ ਫਿਰ ਘਰ ਦਾ ਜਿਹੜਾ ਵਿਹੜਾ ਆ, ਬਾਲ ਰਹੇ ਅਲਵਾਲਤ ਜਾਲ, ਜਿਹਨੇ ਬਾਲ ਆ ਸਮੂਹ, ਜਿਹਨੇ ਬਾਲਤ ਹਨ, ਉਹਨਾਂ ਦੇ ਅਲਵਾਲਤ ਚਾਰ ਚੁਫੇਰੇ ਖੇਡਦਿਆਂ ਨੂੰ ਅੱਖਾਂ ਨਾਲ ਦੇਖ ਕੇ ਹੋਤ ਨਿਹਾਲ। ਲੋਚਨ ਬਲੋਕਤ ਲੋਚਨ ਹੋਤ ਨਿਹਾਲ, ਲੋਚਨ ਬਲੋਕਤ ਬਲੋਕਤ ਮੈਨੂੰ ਦੇਖ ਕੇ ਨਿਹਾਲ ਹੋ ਜਾਂਦੇ। ਬਾਲ ਰਹੇ ਜਿੰਨੇ ਬੱਚੇ ਆ, ਰਹੇ ਅਲਵਾਲਤ, ਉਹਨੂੰ ਚਾਰ ਚੁਫੇਰੇ ਘਰ ਦਾ ਜਿਹੜਾ ਵਿਹੜਾ ਆ, ਉਹਦੇ ਚਾਰ ਚੁਫੇਰੇ ਖੇਡਦਿਆਂ ਨੂੰ ਅੱਖਾਂ ਨਾਲ ਵੇਖ ਕੇ ਫਿਰ ਉਹ ਨਿਹਾਲ ਹੋ ਜਾਂਦੇ ਘਰ ਦੇ ਵਿੱਚ ਕਈ ਵਾਰੀ। ਇਸ ਤਰ੍ਹਾਂ ਉਹਨਾਂ ਦੀ ਲੀਲਾ ਜਿਹੜੀ ਬਣੀ ਹੋਈ ਹੈ। ਮਰ ਹਰੀ ਛੰਦ, ਹੇਰਤ ਸੁੱਤ ਕਾਲੂ ਹਰਕ ਪਸਾਲੂ
ਪੜਨ ਉਚਿਤ ਮਨ ਜਾਣ। ਮਹਿਤਾ ਜੀ ਨੇ ਹੀਰ ਦੇਖ ਕੇ ਹਰ ਖੁਸਾਰੂ ਬੜੀ ਖੁਸ਼ੀ ਹੁੰਦੀ ਹੈ। ਹੁਣ ਇਹਨਾਂ ਨੂੰ ਪੜਨ ਉਚਿਤ ਯੋਗ ਆ, ਮਨ ਚ ਐਸਾ ਜਾਣਿਆ। ਹਮਕਾਜ ਉਸੇਖਾ ਸਿੱਖਿਆ ਲੇਖਾ ਵੈਸਾ ਅਵੈ ਪਹਿਚਾਣ। ਸਾਡਾ ਜਿਹੜਾ ਵਿਸ਼ੇਸ਼ ਕਾਰਜ ਉਹਨੂੰ ਸਿੱਖ ਲੈਣਗੇ, ਦੇਖੇ ਜੋਖੇ ਦਾ ਵੈਸ ਅਵੈ ਪਹਿਚਾਣ। ਅਤੇ ਹੁਣ ਇਹ ਪੜ੍ਹਨ ਦੇ ਯੋਗ ਵੈਸ ਇਹਨਾਂ ਦੀ ਉਮਰ ਆ, ਇਸ ਤਰ੍ਹਾਂ ਇਹ ਗੱਲ ਪਛਾਣੀ ਹੈ, ਜਾਣੇ ਆ। ਕਾਰੰਗ ਪਟਵਾਰੀ ਗ੍ਰਾਮੇ ਸਾਰੀ ਕਰਨ ਉਚਿਤ ਤਬ ਹੋਏ। ਫਿਰ ਕਾਲੂ ਨੇ ਕਿਹਾ ਵੀ ਹੁਣ ਇਹ ਸਾਡੇ ਕੰਮਾਂ 'ਤੇ ਲਿਖੇ ਜੋਖੇ ਸਿੱਖ ਲਿਆ, ਅਸੀਂ ਹੁਣ ਇਹਨਾਂ ਨੂੰ ਪਛਾਣ ਲਿਆ ਵੀ ਹੁਣ ਇਹ ਪੜ੍ਹਨ ਦੇ ਯੋਗ ਆ। ਕਿਉਂ ਪਟਵਾਰੀਆਂ ਦਾ ਕੰਮ ਲਿਖੇ ਜੋਖੇ ਦਾ ਹੁੰਦਾ। ਕਾਰੰਗ ਪਟਵਾਰੀ ਗ੍ਰਾਮੇ ਸਾਰੀ, ਇਹਦੀ ਪਟਵਾਰੀ ਦੀ ਕਾਰ ਹੈ ਸਾਰੇ ਗ੍ਰਾਮਾਂ ਦੀ। ਕਰਨ ਉਚਿਤ ਤਬ ਹੋਏ, ਹੁਣ ਇਹ ਕਰਨ ਦੇ ਉਚਿਤ ਮੈਨੇ ਯੋਗ ਹੋ ਜਾਣਗੇ। ਪਾਦੇ ਪੈ ਵੈਸੇ ਹੋ ਮਮ ਜੈਸੇ ਸੰਖਿਆ ਨਿਪੁੰਨੰਗ ਸੋ। ਪਾਦੇ ਕੋ ਜਦੋਂ ਬੈਠਣਗੇ ਅਤੇ ਮੇਰੇ ਵਰਗੇ ਬਣ ਜਾਣਗੇ, ਸੰਖਿਆ ਜਿਹੜੀ ਗਿਣਤੀ ਹੈ ਉਹਦੇ ਨਿਪੁੰਨ ਸੋਏ, ਹੁਣੇ ਉਹਦੇ ਵਿੱਚ ਨਿਪੁੰਨ ਪੜ੍ਹਨ ਦੇ ਯੋਗ ਹੋ ਜਾਣਗੇ। ਗਿਣਤੀ ਦੇ ਜਿਹੜੇ ਪਹਾੜੇ ਵਗੈਰਾ, ਬਹੁ ਗੁਣੀ ਅਲਾਵਾ ਸੋਤਨ ਪੜਾਵਾ ਸੋ ਸ਼ਤਰੂ ਸਮਤਾਤ। ਉਹ ਇਸ ਤਰ੍ਹਾਂ ਕਹਿੰਦੇ ਬਹੁ ਗੁਣੀ ਅਲਾਵਾ, ਪਾਦੇ ਮੈਂ ਵੈਸੇ ਹੋ ਮਮ ਜੈਸੇ, ਵਿਸ਼ਾ ਕਹਿੰਦੇ ਫਿਰ ਜਦੋਂ ਫਿਰ ਕਹਿੰਦੇ ਇਹ ਪੰਡਿਤ ਨੂੰ ਹਰ ਗੱਲ ਵਿੱਚ ਸਿਆਣਾ ਸਮਝਿਆ ਜਾਂਦਾ ਸੀ ਨਾ, ਜੋ ਲੋਕ ਪੜ੍ਹੇ ਲਿਖੇ ਵਿਦਵਾਨ ਹੁੰਦੇ ਆ। ਅਤੇ ਇਸੇ ਤਰ੍ਹਾਂ ਜਿਹੜਾ ਉਸ ਸਮੇਂ ਪਟਵਾਰੀ ਪਿੰਡਾਂ ਦਾ ਉਹ ਲੇਖਾ ਜੋਖਾ ਰੱਖਦਾ ਸੀ, ਅਤੇ ਸਾਰੇ ਲੋਕ ਪਟਵਾਰੀ ਨੂੰ ਬੜਾ ਸਿਆਣਾ ਸਮਝਦੇ ਆ, ਭਾਵੇਂ ਪੰਡਿਤ ਨੂੰ ਹਰ ਵੇਲੇ ਬੜਾ ਪ੍ਰਵੀਨ ਸਮਝਿਆ ਜਾਂਦਾ, ਪਰ ਲੇਖੇ ਵਿੱਚ ਪਟਵਾਰੀ ਨੂੰ ਬਿਨ ਪੁੰਨ ਸਮਝਿਆ ਜਾਂਦਾ। ਇਸ ਵਾਸਤੇ ਪਾਦੇ ਮੈਂ ਵੈਸੇ ਹੋ ਮਮ ਜੈਸੇ, ਜੋ ਪਾਦੇ ਉਹ ਬਹਿਣਗੇ ਮੇਰੇ ਜੈਸੇ ਹੋਣਗੇ, ਸੰਖਿਆ ਨਿਪੁੰਨ ਸੋਏ, ਇਹ ਗਿਣਤੀ ਬਿਣਤੀ ਦੇ ਵਿੱਚ ਨਿਪੁੰਨ ਹੋ ਜਾਣਗੇ। ਬਹੁ ਗੁਣੀ ਅਲਾਵੇ ਸੋਤਨ ਪੜਾਵੇ ਸੋ ਸ਼ਤਰੂ ਸਮਤਾਤ। ਜਿਹੜੇ ਬਹੁਤੇ ਗੁਣੀ ਵਿਦਵਾਨ ਉਹ ਅਲਾਵੇ ਕਹਿੰਦੇ ਆ ਕਿ ਜਿਹੜਾ ਪਿਤਾ ਆਪਣੇ ਪੁੱਤਰ ਨੂੰ ਪੜ੍ਹਾਉਂਦਾ ਨਹੀਂ, ਉਸ ਬਾਪ ਨੂੰ ਦੁਸ਼ਮਣ ਦੇ ਬਰਾਬਰ ਸਮਝਣਾ ਚਾਹੀਦਾ। ਸੋਭਾ ਨੇ ਪਾਵੇ ਮਤ ਨੇ ਆਵੇ ਜਗ ਮੇਂ, ਉਹ ਸੋਭਾ ਨਹੀਂ ਪਾਉਂਦਾ ਮਤ ਨਹੀਂ ਆਉਂਦੀ, ਜਗ 'ਚ ਇਹ ਗੱਲ ਪ੍ਰਗਟ ਹੈ। ਨਾ ਦਰੂ ਖਟਾਓ ਹੋਰ ਸੁਭਾਓ ਸਮਝਣਾ ਕੋ ਵੀ ਦੱਸੋਏ। ਫੇ ਇਹ ਗੱਲ ਵੀ ਪ੍ਰਗਟ ਹੈ ਕਿ ਉਹ ਨਾ ਦਰੂ ਖਟਾਓ ਪੈਸਾ ਨਹੀਂ ਕਮਾ ਸਾ ਖੱਟੀ ਕਰ ਹੋਰ ਸੁਭਾਓ, ਅਤੇ ਫਿਰ ਭੋਲਾ ਭਾਲਾ ਹੀ ਸੁਭਾਅ ਰਹਿ ਜਾਏਗਾ, ਸਮਝਣਾ ਕੋ ਵੀ ਦੱਸੋਏ। ਫਿਰ ਉਹ ਜਿਹੜਾ ਹੈ ਕਿਸੇ ਤਰ੍ਹਾਂ ਵੀ ਸਮਝਦਾ ਨਹੀਂ, ਕੀ ਕਰਦਾ ਹੈ ਸਾਹਿਬ ਦੋਨੋਂ ਕੇ ਬੈਠ ਸਿੱਧੀ ਰੱਖ ਤੋਂ ਇਉਂ ਇਹਦੇ ਵਿਚਾਰਾ ਕਲਪ ਅਨੁਸਾਰਾ ਲੈ ਜਾਵੋ ਸੁੱਤ ਕੋਏ। ਇਸ ਤਰ੍ਹਾਂ ਕਹਿੰਦੇ ਮਹਿਤਾ ਜੀ ਆਪਣੇ ਮਨ 'ਚ ਵਿਚਾਰ ਕਰਕੇ ਕਿ ਹੁਣ ਸਵੇਰੇ ਮੈਂ ਆਪਣੇ ਪੁੱਤਰ ਨੂੰ ਪਾਦੇ ਉਹ ਪੜ੍ਹਨ ਪਾ ਦਿਆਂਗਾ। ਜਬ ਹੀ ਪ੍ਰਭਾਤਾ ਲੇਕਰ ਤਾਤਾ ਚੱਲਣੇ ਪਏ ਤਿਆਰ, ਜਬ ਹੀ ਪ੍ਰਭਾਤਾ ਪ੍ਰਭਾਤਾ ਹੀ ਠੀਕ ਹੈ, ਜਦੋਂ ਕਹਿੰਦੇ ਪ੍ਰਭਾਤ ਹੋਏਗੀ ਭਾਵ ਸਵੇਰਾ ਹੋਏਗਾ, ਹੈਂ ਲੇ ਜਬ ਹੀ ਪ੍ਰਭਾਤਾ ਲੇਕਰ ਤਾਤਾ, ਜਦੋਂ ਪ੍ਰਭਾਤ ਹੋ ਗਈ ਸਵੇਰਾ ਆਪਣੇ ਪੁੱਤਰ ਨੂੰ ਪਿਤਾ ਨਾਲ ਲੈ ਕੇ ਚੱਲਣੇ ਤਿਆਰ ਹੋ ਗਿਆ। ਅਛਤ ਭਰ ਥਾਰੀ ਬਹੁਤ ਸੁਪਾਰੀ ਲੀਂਗ ਅਨਵੈ ਧਾਰ, ਅਛਤ ਭਰ ਥਾਰੀ ਥਾਲੀ ਚੌਲਾਂ ਦੀ ਭਰ ਲਈ, ਸਿੱਧਾ ਹੋ ਕੇ ਬੈਠ ਖੜਾ ਹੋ ਜਾ, ਹੁਣ ਇਹ ਝੂਲਣਾ ਕਿੱਥੋਂ ਸਿੱਖ ਲਿਆ,
ਰਾਤ ਪਾਠ ਕਰਦਾ ਵੀ ਐਂ ਤੁਹਾਨੂੰ ਜੇ ਘੁਮਾਈ ਜਾਂਦਾ ਸੀ, ਆਦਤਾਂ ਨੂੰ ਵਿਗਾੜੀ ਦਾ ਨਹੀਂ ਹੁੰਦਾ। ਕਥਾ ਵਾਰਤਾ ਸਿੱਖ ਕੇ ਤਾਂ ਸੋਝੀ ਹੋਣੀ ਆ। ਅਛਤ ਵਰ ਥਾਰੀ ਬਹੁਤ ਸੁਪਾਰੀ, ਅਛਤ ਚੌਲਾਂ ਦੀ ਥਾਲੀ ਭਰ ਲਈ, ਬਹੁਤ ਪੁੰਨ ਸੁਪਾਰੀ ਲੈ ਲਈ, ਲੀਨੀ ਕਰ ਮੈਂ ਧਾਰ ਹੱਥ ਵਿੱਚ ਧਾਰ ਕੇ ਪਕੜ ਲਈ, ਭਾਵ ਫੜ ਲਈ, ਚੌਲਾਂ ਦੀ ਥਾਲੀ ਭਰ ਲਈ, ਉਹਦੇ ਉੱਤੇ ਸੁਪਾਰੀ ਟਿਕਾ ਕੇ ਆਪਣੇ ਹੱਥਾਂ 'ਚ ਫੜ ਲਈ। ਪੱਟ ਨਾ ਪਹਿਰਾਏ ਸੁਭਗ ਸੁਹਾਏ, ਚੱਲਿਓ ਤਾਤ ਸੰਗ ਤਾਤ। ਫਿਰ ਆਪਣੇ ਸਾਹਿਬਜ਼ਾਦੇ ਨੂੰ ਨਵੇਂ ਪੱਟ ਕੱਪੜੇ ਪਹਿਨਾਇਆ ਸੁਭਗ, ਜਿਹੜੇ ਬੜੇ ਸੁੰਦਰ ਬਾਲਕ ਨੂੰ ਬੜੇ ਸੁਹਾਏ, ਸੋਭਨੀ ਖੋਏ ਫੱਬ ਗਾਇਆ, ਚੱਲਿਓ ਤਾਤ ਸੰਗ ਤਾਤ। ਪਿਤਾ ਦੇ ਨਾਲ ਤਾਤ ਪੁੱਤਰ ਚੱਲ ਪਿਆ, ਇੱਕ ਦਾ ਪਿਤਾ ਇੱਕ ਦਾ ਪੁੱਤਰ ਨਾਲ ਤੁਰ ਪਿਆ। ਗੱਲ ਚੰਚਲ ਚਾਰੀ ਗੱਲ ਸੁੱਤ ਵਾਰੀ, ਹੇਰ ਧਾਰ ਖਦਮਾਤ। ਫਿਰ ਸਾਹਿਬਜ਼ਾਦੇ ਉਹਨਾਂ ਦੇ ਜਿਵੇਂ ਹਾਥੀ ਦੇ ਬੱਚੇ ਦੀ ਚਾਲ ਹੁੰਦੀ ਨਾ, ਇਸ ਤਰ੍ਹਾਂ ਸ਼ਾਂਤ ਅਡੋਲ, ਜਿਹਨੂੰ ਦੇਖ ਕੇ ਹੇਰਤ ਦੇਖ ਕੇ ਅਰਖਤ ਮਾਤ ਮਾਤਾ ਜੀ ਬਹੁਤ ਹੀ ਪ੍ਰਸੰਨ ਹੋਏ। ਸੋਈ ਆ ਜਲ ਜਾਤ ਸੇ ਹੈ ਪਦ ਜਾਤ ਚਲੇ, ਗੈ ਤਾਤ ਕਰਾਂ ਗੁਰ ਹਾਥ ਉਚਾਈ। ਜਲ ਜਾਤ ਜਿਸ ਤਰ੍ਹਾਂ ਜਲ ਜਾਤ ਮੈਨੇ ਕਮਲ ਦੇ ਫੁੱਲ ਵਰਗੇ, ਪਦ ਜਾਤ ਐਸੇ ਚਰਨ ਜਿਨ੍ਹਾਂ ਨੂੰ ਚੱਲ ਰਿਹਾ, ਗੈ ਤਾਤ ਕਰਾਂ ਗੁਰ ਹੱਥ ਫੜਾਈ। ਇਹ ਪਿਤਾ ਜੀ ਨੇ ਆਪਣੇ ਹੱਥ ਦੀ ਜਿਹੜੀ ਉਂਗਲੀ ਸੀ ਨਾ ਉਹ ਫੜਾਤੀ, ਉਹਨੇ ਆਪਣੇ ਹੱਥ ਵਿੱਚ ਫੜ ਕੇ ਚੱਲ ਪਏ, ਜਿਵੇਂ ਬੱਚੇ ਨੂੰ ਲੈ ਕੇ ਚੱਲ ਪੈਂਦੇ ਨਿਆਣੇ ਨੂੰ। ਕਰ ਕੰਕਨ ਸੋ ਕਟ ਕਿੰਕਨ ਹੈ, ਕਲ ਕੁੰਡਲ ਲੋਲ ਕਪੋਲਨ ਝਾਈ। ਫਿਰ ਹੱਥਾਂ 'ਚ ਪਾਏ ਹੋਏ ਜਿਹੜੇ ਕੜੇ ਆ ਕੰਕਨ, ਕਟ ਕਿੰਕਨ ਲੱਕ ਨਾਲ ਘੁੰਗਰੂਆਂ ਵਾਲੀ ਤੜਾਗੀ ਹੈ, ਕਟ ਲੱਕ ਨਾਲ ਕਿੰਕਨੀ ਤੜਾਗੀ ਹੈ ਕਲ ਬੜੀ ਸੁੰਦਰ। ਕੁੰਡਲ ਲੋਲ ਕਪੋਲਨ ਝਾਈ, ਕੁੰਡਲ ਜਿਹੜੇ ਤੁੰਗਲ ਕੰਨਾਂ 'ਚ ਪਾਉਣ ਵਾਲੇ ਕਹਿਣੇ, ਲੋਲ ਬੜੇ ਚੰਚਲ, ਹਾਂਜੀ ਕਪੋਲਨ ਝਾਈ ਜਿਹੜੇ ਕਿ ਗੱਲਾਂ ਦੇ ਉੱਤੇ ਲਟਕਦੇ ਬੜੇ ਲਿਸ਼ਕਾਰੇ ਜਿਹੇ ਮਾਰ ਰਹੇ ਆ। ਦਲ ਲੋਚਨ ਕੰਜ ਵਿਸਾਲ ਪਲੇ, ਸਿਰ ਭੈਵ ਸ਼ਨੀਕੈ ਨੀਕ ਬਣਾਈ। ਉਹਨਾਂ 'ਚ ਨਗ ਜਿਹੜੇ ਹੁੰਦੇ ਨਾ ਉਹਨਾਂ ਦੀ ਝਾਈ ਜਿਹੜਾ ਪਰਛਾਵਾਂ ਜਿਹਾ ਉਹ ਪੈ ਰਿਹਾ ਹੈ। ਦਲ ਲੋਚਨ ਕੰਜ ਵਿਸਾਲ ਭਲੇ, ਸਿਰ ਪੈ ਅਸ਼ਨੀਕੈ ਨੀਕ ਬਣਾਈ। ਫਿਰ ਸਤਿਗੁਰੂ ਬਾਲ ਸਰੂਪ ਚੋਜੀ ਪ੍ਰੀਤਮ ਦੇ ਜਿਹੜੇ ਨੇਤਰ ਆ ਉਹ ਕਬਲਾਂ ਦੇ ਪੱਤਿਆਂ ਵਰਗੇ ਚੌੜੇ ਆ, ਵਿਸਾਲ ਭਲੇ ਕੰਜ ਮੈਨੇ ਕਬਲਾਂ, ਸਿਰ ਪੈ ਅਸ਼ਨੀਕੈ ਨੀਕ ਸਹੀ, ਸੀਸ ਦੇ ਉੱਤੇ ਅਸ਼ਨੀਕ ਜਿਹੜੀ ਪਗੜੀ ਚੰਗੀ ਬਣਾਈ ਹੋਈ ਹੈ। ਹੁਣ ਤਾਂ ਸਾਰਾ ਕੰਮ ਹੀ ਉਲਟ ਹੋ ਗਿਆ ਨਾ, ਪੱਗ ਰੱਖਣੀ ਪਾਪ ਸਮਝਣ ਲੱਗ ਪਈ ਦੁਨੀਆ, ਰੁਮਾਲ ਰੱਖਣ ਨੂੰ ਤਿਆਰ ਨਹੀਂ। ਚੱਟ ਸਾਰ ਜਹਾਂ ਹੱਥ ਚਾਰ ਬਣੀ, ਬਹੁ ਬਾਰਕ ਬਾਰ ਹੈ ਬਾਰ ਅਲਾਏ। ਚੱਟ ਸਾਰ ਜਿਹੜੀ ਪਾਠਸ਼ਾਲਾ ਜਹਾਂ ਹੱਥ ਚਾਰ ਬਣੀ, ਬੜੀ ਸੁੰਦਰ ਬਣੀ ਹੋਈ ਹੈ, ਬਹੁ ਬਾਰਕ ਬਾਰ ਹੈ ਬਾਰ ਅਲਾਏ। ਉੱਥੇ ਬਹੁਤ ਬਾਲਕ ਬਾਰ ਬਾਰ ਜਿਹੜਾ ਗੁਰੂ ਸਬਕ ਦਿੰਦਾ ਨਾ ਅਲਾਈ ਉਹਨੂੰ ਆਚਾਰ ਰਹੇ ਆ। ਦੋਹਰਾ ਵੈਸੇ ਪਾਦੇ ਪਾਸ ਸਾਹਿਬ ਸ਼੍ਰੀ ਨਾਨਕ ਸੁੱਖ ਕੰਧ, ਸੁੱਖਾਂ ਦੇ ਕੰਧ ਦਾਤੇ, ਪਾਦੇ ਦੇ ਕੋਲ ਜਾ ਕੇ ਬੈਠ ਗਏ ਸ਼੍ਰੀ ਗੁਰੂ ਜੀ। ਬਾਰਕ ਰੱਬ ਸਾਹਿਬ ਹੀਰ ਕਰ ਜਨ ਅਰਵਿੰਦਾਂ ਨੂੰ। ਇਹ ਸੁੰਦਰ ਜਿਹੜੇ ਬਾਰਕ ਸੀ ਉਹਨੂੰ ਦੇਖ ਕੇ ਇਸ ਤਰ੍ਹਾਂ ਜਾਣੋ ਕਬਲ ਦੇ ਫੁੱਲ ਜਿਵੇਂ ਆਨੰਦਿਤ ਹੋ ਰਹੇ। ਰੱਬ ਸਾਹਿਬ ਸੂਰਜ ਵਰਗਾ ਪ੍ਰਕਾਸ਼ ਹੈ, ਸੂਰਜ ਵਰਗੇ ਸੁੰਦਰ ਬਾਲਕ ਨੂੰ ਦੇਖ ਕੇ ਕਬਲ ਦੇ ਫਲੋਂ ਆਨੰਦਿਤ ਹੋ ਰਹੇ ਆ।
कालू कालू कहे पादा सुन नानक हमारो सुन जागो तू पढ़ाए गुण दीजे निज हेत सुन। मेहता जी कह रहा है ये पांडा जी ये गल सुनो श्री गुरु साढ़े जेडे पुत्र है तुसी इन्हां नूं बड़े प्यार ना विद्या की जिहड़ी दात है वह बख्शनी है। देव में आपां नूं गुनाहन सो होए जब एक दो हैं में कीजे शेष फिर मैं तुहानूं वह कायन भेटा देंगा जदों गुणा का घर बन जाएंगे तो फिर एक दो हैं एक दो सालां दे विच ये गुणा दे घर बन जाएंगे सियाने हो जाएंगे कि जिस चीज़ में सचेत बना दियो सियाना बना दियो आयन मैंने मतलब एक दो साल ऐसे मुख भाग लाख है पढ़ा बढ़की सौंप कर आत्मज गबनियो निकेत ऐसा अपने मुख तो भाग कह के अवला शिक्षा करदा पढ़ाउण दी सौंप कर पादा जी नूं सौंप के संभाल के आत्मज गबनियो निकेत। तो फिर वह जिहड़ा पिता सी अपने पुत्र नूं सौंप के तो फिर वह अपने निकेत घर नूं चले गया आत्मज मैंने पुत्र जिहड़ा सी पादे अलाद के मुहूर्त सो साध के सुरस सरस्वती आराध के सो जवे मत देत सो। ये पादे ने बड़ा प्रसन्न हो के मुहूर्त नूं सोधिया विचार के देखिया जिहड़ी विद्या दी सुरस्ती विद्या दी देवी है उहदी आराधना कीती जां तां सौ लो ते जां भी पढ़ लो दो गल्लां नहीं होणियां। संख्या को जो आदि सो सिखावन की सीख देत संख्या दे असंखता को संख्या को सिखावे। हुण संख्या जिहड़ी मैथेमैटिक दी गणित विद्या दी सिख्या दे रहा गिणती करनी सिखा रहा है। जनक वसाएगा ताते ते मन कहो पढ़े आन बाक जैसे पादे सो पढ़ावे। जिहड़ा कौन गुरु मार गिणतियां तेरा तो परमेश्वर है उन्हों कौन गिणतियां मिणतियां सिखा सकता है आन बाग जैसे पादा पढ़ावे। जानक वसाएगा ताते मन कहो पढ़े आन बाग जैसे पादा पढ़ावे। जानक पिता जरा बिठा के चले गया ताते ते मन कहो ते पादा गिणती पढ़दा बालक बाकी जो पिछे बच्चे पढ़ते हैं आन बाग जैसे पादा पढ़ा आन मैंने होर बाग जिमें पादा पढ़ा है उतम बिठा के चल गया पादा गिणती पढ़ता बाकी वाले पिछे पे पढ़ते पादा गुरु नानक साहब हाँ जी जान मतमान अप्रमान हर हर खान मन किनों अनुमान ये देर लगन। हूँ वो पादा जड़ा वो कहता भी महाराज तो बड़े बुद्धिमान समझ समझदार है देख के बहुत हर खान मन मन च खुश होया किनों अनुमान ये अंदाजा लाया ये देर न लगा ये पढ़ नूं देरी नहीं लाएगा छेती पढ़ जाएगा पढ़ा तत्काल तन पाए हों विसाल बाल पलो मत साल तुल जा की को पावे। पढ़े तत्काल तन पाए हों साल जो छेती पढ़ जाएगा तो पटवारी साहब मेहता जी तो बहुत तन पावगा ये जरा बालक भला मत साल ये तो बुद्धि का घर ही है बड़ा सियाना है तुल जा की को पावे यदि बराबरी कोई नहीं पा सकता है। एक दिन सारो पढ़ो पादे जो चारे बहन सांझ पे हैं आए अजर सुहायो एक दिन यह हो पादे ने जरा पढ़ाया सारा वो मन ला के पढ़ते रहे जदों फिर सांझ पई शाम हो गई एन अपने घर आके बेड़े विच सोभनीक होए पहुँच गए फिर खाए माए आंख में वसाए लाए बुझो पढ़ो कैसे पैड़ा अन्न लाया है। फिर श्री माता ने पूछा बड़े खुश
ਅੰਕ ਉਹਦੀ ਬਿਠਾ ਕੇ ਪੁੱਛਣ ਲੱਗੇ, ਅੱਜ ਕੀ ਪੜ੍ਹ ਕੇ ਆਇਆ, ਕਿਹੜੀ ਪੜ੍ਹਾਈ ਪੜ੍ਹੀ? ਅਤੇ ਮਹਾਰਾਜ ਨੇ ਉਸੇ ਵੇਲੇ ਪੈੜਾ ਉਹਨਾਂ ਨੇ ਲਾਇਓ, ਜਿਹੜਾ ਪਹਾੜਾ ਸੀ ਨਾ ਪੈੜਾ, ਉਹ ਮੁੱਖ ਤੋਂ ਲਾਇਓ ਬੋਲ ਕੇ ਸੁਣਾ ਦਿੱਤਾ ਹੈ। ਡੇਗਣਾ ਪਈ ਖਾਏ ਨਰੈਣ ਪੁੰਨ ਕਿੰਨੀ ਸੁੱਖ ਸਹਿਣ, ਕਵ ਜਾਂ ਕੋ ਕਵ ਭੈ ਨਾ ਹੇਰੇ ਚੈਨ ਮਨ ਪਾਇਓ। ਅਤੇ ਭੋਜਨ ਖਾ ਕੇ ਜਿਹੜੀ ਰਿਆਤ ਸੀ ਸੁੱਖ ਨੂੰ ਸੁੱਤੇ, ਜਿਨ੍ਹਾਂ ਨੂੰ ਕਦੇ ਪੈ ਨਹੀਂ ਹੇਰੇ ਚੈਨ ਪਾਇਓ ਹੈ, ਔਰ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਬੜਾ ਚੈਨ ਸੁੱਖ ਮਿਲਦਾ ਹੈ। ਕਿਉਂਕਿ ਮਾਤਾ ਆਪਣੇ ਪੁੱਤ ਨੂੰ ਦੇਖ ਕੇ ਹੇਰੇ ਚੈਨ ਮਨ ਪਾਇਓ, ਫਿਰ ਮੈਨੂੰ ਦੇਖ ਕੇ ਮਨ ਭਾਉਂਦਾ ਸੁੱਖ ਮਿਲਿਆ ਹੈ। ਭਈ ਜਾ ਭੋਰ ਕਾਲੂ ਲੈ ਕੇ ਪਾਦੇ ਔਰ ਗਏ ਸੁਣੀ ਨੁਕਤ ਗੌਰ ਤਾਤ ਹਿਰਦੇ ਹਰ ਖਾਇਓ। ਅਗਲੇ ਦਿਨ ਜਦੋਂ ਸਵੇਰਾ ਹੋ ਗਿਆ, ਮਾਤਾ ਜੀ ਦੇ ਪੁੱਤ ਨੂੰ ਦੇਖ ਕੇ ਬੜੇ ਖੁਸ਼ ਹੋ ਰਿਹਾ ਨਾ, ਭੋਜਨ ਬਣੇ ਖਾ ਕੇ ਆਰਾਮ ਲਈ ਚਲ ਗਿਆ, ਮਾਤਾ ਜੀ ਬੜੇ ਖੁਸ਼ ਹੋ ਰਿਹਾ। ਅਗਲਾ ਦਿਨ ਹੋਇਆ ਸਵੇਰੇ, ਮਹਿਤਾ ਜੀ ਫੇਰ ਮਹਾਰਾਜ ਨੂੰ ਨਾਲ ਲੈ ਕੇ ਪਾਦੇ ਕੋਲ ਚਲ ਗਏ। ਪਾਦੇ ਔਰ ਗਏ ਸੁਣੀ ਨੋ ਤੋ ਗੌਰ ਤਾਤ ਹਿਰਦੇ ਖਾਇਓ। ਇਹ ਪਾਦੇ ਨੇ ਸ਼੍ਰੀ ਗੁਰੂ ਦੀ ਬੜੀ ਉਸਤ ਕੀਤੀ, ਜਿਹਨੂੰ ਸੁਣ ਕਰਕੇ ਪਿਤਾ ਜੀ ਮਹਿਤਾ ਜੀ ਮਨ ਵਿੱਚ ਬੜੇ ਖੁਸ਼ ਹੋਏ ਹਨ। ਨੁੱਤ ਮੈਨੇ ਉਸਤਤ ਗੌਰ ਤਾਤ ਹਿਰਦੇ ਖਾਇਓ, ਬੜੀ ਭਾਰੀ ਉਸਤਤ ਸੁਣ ਕੇ ਬੜੇ ਖੁਸ਼ ਹੋਏ। ਪਾਦੇ ਨੇ ਹਕਾਰ ਲੈਣ ਬਾਲਕ ਅਤੇ ਜੁਦਾ ਕਿਨ ਲੇਖੇ ਹੂੰ ਕਿ ਸਿੱਖਦੇ ਨਾਨਕ ਸੁਜਨ ਕੋ। ਫਿਰ ਮਹਿਤਾ ਜੀ ਨੇ ਪਾਦੇ ਨੂੰ ਹਕਾਰ ਲੈਣ ਆਵਾਜ਼ਾਂ ਦੇ ਕੇ ਬੁਲਾ ਲਿਆ, ਬਾਲਣ ਸੇ ਜੁਦਾ ਕਿਨ, ਦੂਜੇ ਵਜੇ ਜੁਦਾ ਕਰਕੇ ਲੇਖੇ ਸਿੱਖਦੇ ਨਾਨਕ ਸੁਜਨ ਕੋ। ਬਾਕੀ ਜਿਹੜੇ ਬੱਚੇ ਸੀ ਉਹਨਾਂ ਤੋਂ ਅਲੈਦਾ ਕਰਕੇ ਕਿ ਕਹਿਣ ਲੱਗੇ, ਤੁਸੀਂ ਇਹ ਜਿਹੜਾ ਸਿਆਣਾ ਬੱਚਾ ਇਹਨੂੰ ਲੇਖੇ ਦੀ ਚੰਗੀ ਸਿੱਖਿਆ ਦੇਣੀ ਹੈ। ਤੂਸ਼ਨੀਕ ਪੈ ਬਾਅਦ ਵਾਰ ਵਾਰ ਕਹਿ ਬਚ ਕੈਸੇ ਤੂੰ ਨਾ ਬੋਲੈ ਅੱਜ ਸੁਣਿਆ ਦੇਣਾ ਕਾਨ ਕੋ। ਪਰ ਪਿਤਾ ਦੀ ਸਤਿਗੁਰਾਂ ਨੇ ਗੱਲ ਸੁਣ ਲਈ ਅਤੇ ਤੂਸ਼ਨੀਕ ਪਏ ਚੁੱਪ ਰਹੇ, ਬਾਅਦ ਵਾਰ ਵਾਰ ਕਹਿ ਬਚ, ਬਾਅਦ ਵਾਰ ਵਾਰ ਬਚਨ ਕਰਿਆ ਕੈਸੇ ਤੂੰ ਮੇਰਾ ਅੱਜ ਸੁਣਿਆ ਦੇਣਾ ਕਾਨ, ਅਤੇ ਕਿਸ ਤਰ੍ਹਾਂ ਤੂੰ ਬੋਲਦਾ ਨਹੀਂ ਕੰਨ ਦੇ ਕੇ ਮੇਰੀ ਗੱਲ ਨਹੀਂ ਸੁਣਦਾ। ਪਲੀਵਤ ਕਾਲ ਪੜ੍ਹੇ ਪੜ੍ਹੇ ਵਿਸਾਲ ਸਭ ਤੈਸੇ ਪੜ੍ਹੋ ਹੇਰੇ ਹੇਰੋ ਔਰ ਲੜਕਾਂ ਨੂੰ। ਕੱਲ੍ਹ ਤੂੰ ਚੰਗੀ ਬੀਵੀ ਨੇ ਪੈੜੇ ਪੜ੍ਹੇ ਸੀ ਪਹਾੜੇ ਹੈਂ, ਔਰ ਬੜੇ ਸਾਰੇ ਕਹਿੰਦੇ ਇਸੇ ਤਰ੍ਹਾਂ ਅੱਜ ਵੀ ਕੀ ਗੱਲ ਚੁੱਪ ਚਾਪ ਬੋਲਦਾ ਨਹੀਂ, ਮੇਰੀ ਗੱਲ ਕੰਨ ਦੇ ਕੇ ਸੁਣ ਸੁਣਦਾ। ਕੱਲ੍ਹ ਤਾਂ ਬੜੇ ਚੰਗੇ ਢੰਗ ਨਾਲ ਪਾੜੇ ਪੜੇ, ਅਤੇ ਉਸੇ ਤਰ੍ਹਾਂ ਹੋਰ ਬੱਚਿਆਂ ਨੂੰ ਕਿ ਅੱਜ ਵੀ ਪੜ੍ਹਾਈ ਕਰ, ਅਬ ਪੜ੍ਹੋ ਹੀਰੋ ਔਰ ਲੜਕਾਂ ਨੂੰ, ਅਬ ਵੀ ਪੜ੍ਹ ਹੋਰ ਲੜਕਿਆਂ ਨੂੰ ਦੇਖ ਕੇ, ਹੋਵੇ ਵੱਡੋ ਜਾ ਪੜ੍ਹਿਓ ਕਾ ਜਾਵੇ ਤਬ ਅਬ ਖੇਲਣ ਮੈਂ ਜੀਓ ਤੇਰੋ ਖਾਏ ਸ਼ੂਸ਼ਕਾਂ ਨੂੰ ਕੋ। ਜਦੋਂ ਵੱਡਾ ਹੋ ਜਾਏਗਾ ਪੜ੍ਹਾਈ ਤੇਰੇ ਕੰਮ ਆਏਗੀ, ਹੂੰ ਖੇਲਣ ਜੇ ਤੇਰਾ ਮਨ ਹੈ ਫਿਰ ਤੂੰ ਸ਼ੂਸ਼ਕਾਨ ਫਿਰ ਸੋਟੀਆਂ ਖਾਏਗਾ, ਇਹ ਵੱਜਣਗੀਆਂ। ਮਰ ਹਰੀ ਚੰਦ ਸੁਣ ਸੁਣ ਬਹਿਨਾ ਅਨਕੰਮ ਪਨੈਨਾ ਅਨਕੰਮ ਪਹਿਨਾ ਬਾਣੀ ਪਨੀ ਰਸਾਲ ਅਨਕੰਮ ਪਾਸ ਚਾਹੀਦਾ। ਸੁਣ ਸੁਣਨ ਬਹਿਨਾ ਅਨੁਕੰਮ ਪਹਿਨਾ ਇਕੱਠਾ ਚਾਹੀਦਾ, ਠੀਕ ਹੈ। ਇੱਥੇ ਜਦੋਂ ਫਿਰ ਕਹਿੰਦੇ ਕੰਨਾਂ ਨੂੰ ਬਚਨ ਸੁਣੇ ਅਨੁਕੰਪਾ ਨਾਮ ਦਾ ਕਿਰਪਾ ਬਾਣੀ ਕਿਰਪਾ ਕਿਰਪਾਲੂ ਸਤਿਗੁਰਾਂ ਨੇ
बड़ी रसाल सुंदर बाणी भनी कही, क्या पढ़े तुम घर होने सम कह ला हाल है साल। फिर पदा कहन लगा, पदा ही तुसी आप की पढ़े, तुसी सारा कुछ अपने लावले कर रहे हैं। क्या आप पढ़े तुम, तुसी आप की पढ़े, कर होने सम मैनू अपने बराबर करना कह ला हाल है साल। ते की तुसी अपने वास्ते लाहा लेना चाहते हो, मैनु अपने वर्ग बनाना चाहते, से मुखी विशेखा कोपल लेखा पादा मुहे बताए। कहिंदे पादा जी तुसी दसो बड़े बुद्धिवान आ, से मुखी विशेखा तुहाडी बुद्धि बड़ी विशेष, से मुखी विशेखा तुसी बड़े विशेष बुद्धि आ, पल लेखा तुसी किन्ना क लेखा भला जानदे, पादा मैं बताया, पादा मैनू दसो तुसी किन्ना क लेखा जानदे हैं, दसो तुसी बड़े बुद्धिवान हो किन्ना क लेखा जानदे। इउं उत्तर दीजे मन समझी जै पीछे मुझे पटाए, ये गल दा पातशाह कहिंदे उत्तर दिओ फिर मैनू समझायो, उस तों बाद फिर मैनू होर पढ़ाउणा पढ़ा लिओ। पादा वैस मैं आदि पुत्र रस मैं आनन बचन लाए, पादा मारे बन सुन के बड़ा आश्चर्य जिहा हो गया, ते बड़े रोह दे विच आ गया, मुख तों बचन कहन लग्या। आनन मुख तों बचन लाए कहे, सब जानो गिनती अवनी मिनती डोडे गन सवाए। मैं सारियां गिनती जमीन की मिनती मुनती डेढ़े सवाए पहाड़े सारे दे सारे जानदा, गिनती करनी जानदा। ढौचे पुन ऊठे जोरन कोठे ग्राम कार पटवार। फिर मैं साढ़े चार दा पहाड़ा साढ़े तीन दा पहाड़ा जेड़ा अमारतां दा कम है, तयारत व्यापार करन दा ये कम है, ते फिर इस तरह सूद साध भरने ब्याज का जड़ा ग्राम कार पटवार, पिंड की जी पटवारी की कार है, और जड़े ब्याज के वेरवे भरने हैं, तरीक तरूक लिखनी है, को वड वड करनी है, किस तरह करना करवाना है, ढौचे पुन ऊंचे ढौचे जड़े है साढ़े चार दे है साढ़े तीन दे है, इमारती कम है तजारती कम है, है मिनती गिनती करनी है जड़ी है, ते जोड़ना कटाना और मकाना का कम जड़ा ग्रामा का पटवार की कार है, ये सारा मैं चंगी तरह जानता हाँ। से मुखी विशेखा को पल लेखा, इस वास्ते बुद्धिमानों का से मुखी मैंने बुद्धिमानों का विशेखा मैंने बहुत पल लेखा, जो जरा चंगा लेखा जोखा पादा मैनू दस उत्तर दीजे मन समझे पीछे मुझे पढ़ाए, कोई पादा मैं हथ पर रस मैं आनन वचन लाए, सब जानो गिनती अवनी मिनती धरती की मिनती डोडे गणन सवाए। फिर जड़े डोडे गिनने ते सवाए जड़े वो भी सवाए जड़े ते ढौचे ढौचे मैंने जड़े ढाए आ ऊंठी जड़े साढ़े तीन दा पहाड़ा जोरन कोठे अमारती काम जड़ा जोरन कोठे अमारती काम ग्राम कार पटवार तजारत मिति काटा ते सूद दे जड़े
ਵੇਰਵੇ ਆਦਿਕ ਭਰਨੇ ਆ ਅਤੇ ਗ੍ਰਾਮ ਪਿੰਡ ਦੀ ਕਾਰ ਪਟਵਾਰ ਪਟਵਾਰੀ ਦਾ ਕੰਮ ਜਿਹੜਾ ਇਹ ਸਾਰੇ ਜਾਣਦੇ ਜੋਰਨ ਕੋਠੇ ਇਮਾਰਤੀ ਕੰਮ ਹੈ ਜਾਂ ਤਜਾਰਤ ਕਰਨਾ ਤਰੀਕ ਲਿਖਣੀ ਹੈ ਅਤੇ ਬਾਕੀ ਜਿੰਨਾ ਸੂਦ ਵਿਆਜ ਬੂਜ ਦਾ ਹਿਸਾਬ ਕਿਤਾਬ ਕਰਨਾ ਕਰਾਉਣਾ ਜਿਸ ਕਿ ਸਾਰੀ ਰੋਜ਼ੀ ਸਾਰੀ ਪੜ੍ਹੋ ਨਾ ਕਿਉਂ ਹਿਸਾਬ ਜਿਹਦੇ ਮੁਤਾਬ ਤੁਹਾਡੀ ਰੋਜ਼ੀ ਹੈ ਆਪ ਦੀ ਤੁਹਾਡੀ ਪੜ੍ਹੋ ਕਿਉਂ ਨਾ ਹਿਸਾਬ ਇਹ ਧਾਰ ਕੇ ਕਿਉਂ ਨਹੀਂ ਪੜ੍ਹਦੇ ਇਨ ਵੇਦ ਜੀ ਵਾਧਾ ਸੁਣ ਸਰੁੱਤ ਪਾਧਾ ਫਾਹੇ ਪੜ੍ਹਨਾ ਪਾਤ ਜਦੋਂ ਇਸ ਤਰ੍ਹਾਂ ਹੋਇਆ ਅਤੇ ਫਿਰ ਪਾਧਾ ਜੀ ਇਹ ਗੱਲ ਕਰਨ ਲਾ ਕੇ ਸੁਣ ਲਓ ਨਿਰੰਕਾਰ ਨੇ ਇਸ ਵੀ ਦਿਨ ਜੀਵ ਨੂੰ ਬੰਨਿਆ ਹੋਇਆ ਹੈ ਇਹ ਦਿਨ ਗਲ ਵਿੱਚ ਬੇਅੰਤ ਫਾਹੇ ਪੈਂਦੇ ਆ ਜਿਨ੍ਹਾਂ ਨੇ ਫਸਿਆ ਹੋਇਆ ਇਹ ਕਾਜ ਨਾ ਆਵੇ ਜਬ ਦੁੱਖ ਪਾਵੇ ਹੋ ਤਾਂ ਨਹੀਂ ਸ਼ਰਗਾਰ ਇਹ ਦੁਨਿਆਵੀ ਕਿਸੇ ਕੰਮ ਨਹੀਂ ਆਉਂਦੇ ਦੁੱਖ ਪਾਏਗਾ ਛੁਟਕਾਰਾ ਨਹੀਂ ਹੋਏਗਾ ਸਭ ਬੈਸ ਵਿਆਹਵੇ ਹੁਣ ਪਛਤਾਵੇ ਜਾਵੇ ਜਮਾਂ ਸਾਰੀ ਵੀ ਬੈਸ ਉਮਰ ਬੀਤ ਜਾਏਗੀ ਪਛਤਾਏਗਾ ਜਦੋਂ ਜਮਾਂ ਦੇ ਦੁਆਰ ਜਾਏਗਾ ਇਹ ਲੇਖਾ ਗਾ ਹੈ ਛੁੱਟੇ ਚਾਹ ਹੈ ਜੋ ਮੈਂ ਕਰੋ ਚਾਹ ਇਹ ਕਹਿਣ ਲੱਗਾ ਇਹ ਲੇਖਾ ਵਿਚਾਰ ਕੇ ਛੁਟਕਾਰਾ ਨਹੀਂ ਮਿਲਣਾ ਜੇ ਛੁਟਕਾਰਾ ਚਾਹੁੰਦੇ ਹਾਂ ਇਸ ਤਰ੍ਹਾਂ ਕਰੋ ਜਿਵੇਂ ਪਾਤਸ਼ਾਹ ਕਹਿੰਦੇ ਮੈਂ ਕਹਿ ਰਿਹਾ ਹਾਂ ਇਹ ਲੇਖਾ ਗਾ ਹੈ ਛੁੱਟੇ ਚਾਹ ਹੈ ਇਹ ਲੇਖੇ ਨੂੰ ਗਾਇਆ ਵਿਚਾਰ ਕੇ ਛੁੱਟਣਾ ਚਾਹੁੰਦਾ ਛੁਟਕਾਰਾ ਨਹੀਂ ਮਿਲਣਾ ਜੋ ਮੈਂ ਕਰੋ ਉਚਾਰ ਜਿਸ ਤਰ੍ਹਾਂ ਮੈਂ ਉਚਾਰਨ ਕਰਕੇ ਦੱਸਦਾ ਕਿਉਂਕਿ ਇਸ ਤਰ੍ਹਾਂ ਦਾ ਫਿਰ ਇਹ ਛੁਟਕਾਰਾ ਹੋਣਾ ਨਹੀਂ ਹੈ ਇਹ ਲੇਖਾ ਗਾਹੇ ਇਹ ਲੇਖੇ ਨੂੰ ਗਾਹੇ ਮੈਨੇ ਵਿਚਾਰ ਲਾਇਆ ਛੁੱਟੇ ਹੋਏ ਚਾਹ ਹੈ ਇਹ ਛੁੱਟਣਾ ਚਾਹੁੰਦਾ ਜੋ ਮੈਂ ਕਰਨਾ ਚਾਹੁੰਦੀ ਮੈਂ ਕਹਿੰਦਾ ਉਹਨੂੰ ਸਮਝਦਾ ਦੋਹਰਾ ਕਮਲ ਬਦਨ ਸੁੱਖ ਸਦਨ ਗੁਰ ਕਰਨਾ ਮਨ ਮੈਂ ਭਰ ਲਿਆ ਹੈ ਜਿਹਨਾਂ ਦਾ ਕਮਲ ਰੰਗ ਖੜਾ ਸੁੱਖ ਆਉਂਦੇ ਸਦਨ ਕਰ ਰਿਹਾ ਗੁਰੂ ਆਪਣੇ ਮਨ 'ਚ ਦਇਆ ਲਿਆ ਹੈ ਪਾਧੇ ਪਦ ਕਲਿਆਣ ਦਾ ਬੋਲੇ ਸਭ ਦੇ ਪਾਧੇ ਪ੍ਰਤੀ ਕਲਿਆਣ ਦੇਣ ਲਈ ਜਿਹੜਾ ਸ਼ਬਦ ਸੀ ਕਲਿਆਣ ਦਾ ਮੁਕਤੀ ਦਾਤਾ ਜੀ ਇਸ ਪ੍ਰਕਾਰ ਬੋਲੇ ਹਨ ਸ੍ਰੀ ਰਾਗ ਮਹਲਾ ਪਹਿਲਾ ਜਾਲ ਮੌਕਾ ਸਮਸ ਕਰ ਮਤ ਕਾਗਦ ਕਰ ਸਾਰ ਭਾਵ ਕਲਮ ਕਰ ਚਿੱਤ ਲਿਖਾਰੀ ਗੁਰਪੁਛ ਲਿਖ ਵਿਚਾਰ ਲਿਖਨਾ ਮਸਲਾ ਲਿਖ ਲਿਖਾਂ ਤੈਨੂੰ ਪਾਰਾ ਵਰ ਬਾਬਾ ਜੀ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਇਹ ਫਿਰ ਸ਼ਬਦ ਆਪਣੇ ਵਖਾਰਵਿਆਂ ਤੋਂ ਉਚਾਰਿਆ ਕਹਿੰਦੇ ਜਿਹੜੀ ਸੰਸਾਰ ਦੀ ਮਮਤਾ ਨੂੰ ਜਾਲ ਮੋਹ ਨੂੰ ਸਾੜ ਕੇ ਅਤੇ ਸਾੜ ਕੇ ਕਹਿੰਦੇ ਇਹਦੇ ਬੁੱਧੀ ਰੂਪੀ ਕੋਲਿਆਂ ਨੂੰ ਪੀ ਕੇ ਅਤੇ ਮਸ ਸਿਆਹੀ ਬਣਾ ਲੈਣੀ ਕਰ ਮਤ ਕਾਗ ਅਨੁਸਾਰ ਆਪਣੀ ਬੁੱਧੀ ਨੂੰ ਚੰਗਾ ਸਾਰ ਸ੍ਰੇਸ਼ਟ ਕਾਗਜ਼ ਬਣਾ ਲੈਣਾ ਕਰ ਭਾਵ ਕਲਮ ਕਰ ਚਿੱਤ ਲੇਖਾਰੀ ਗੁਰਪੁਛ ਲਿਖ ਵਿਚਾਰ ਨਿਰੰਕਾਰ ਦੀ ਭਾਵ ਪ੍ਰੀਤੀ ਨੂੰ ਆਪਣੀ ਲੇਖਣੀ ਕਲਮ ਬਣਾ ਲੈ ਮਨ ਨੂੰ ਲਿਖ ਲਿਖਣ ਵਾਲਾ ਲੇਖਕ ਬਣਾ ਲੈ ਅਤੇ ਫਿਰ ਸਤਿਗੁਰਾਂ ਦੀ ਸਲਾਹ ਲੈ ਕੇ ਨਿਰੰਕਾਰ ਦੀ ਜਿਹੜੀ ਵਿਚਾਰ ਆ ਉਹਨੂੰ ਲਿਖ ਲਿਖਣਾ ਸਲਾਹ ਲਿਖ ਲਿਖਣ ਤਾਂ ਨਾ ਪਾਰੋ ਫਿਰ ਪਰਮੇਸ਼ਰ ਸਿਫਤ ਲਿਖ ਸਦਾ ਲਿਖੀ ਜਾ ਔਰ ਕਿਉਂ ਉਹਦਾ ਕੋਈ ਅਖੀਰ ਅਤੇ ਅੰਤ ਨਹੀਂ ਪਾਇਆ ਜਾਂਦਾ ਹੈ ਲਿਖਣ ਤਾਂ ਨਾ ਪਾਰੋ ਜਿੰਨਾ ਮਰਜ਼ੀ ਲਿਖ ਲਾ ਪਾਰਵਾ ਨਹੀਂ ਪਾਇਆ ਜਾਂਦਾ ਬਾਬੇ ਉਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੇ ਤਿੱਥੇ ਹੋਏ ਸੱਚਾ ਨਿਸ਼ਾਨ ਰਹੋ ਬਾਬਾ ਸੰਬੋਧਨ ਕਰ ਇਹ ਜਿਹੜਾ ਹਿਸਾਬ ਕਿਤਾਬ ਇਹਨੂੰ ਲਿਖਣਾ ਤੂੰ ਸਿੱਖ ਲੈ ਇਹ ਲਿਖਣੇ ਨੂੰ ਜਾਣ ਲੈ ਜਦੋਂ ਹਿਸਾਬ ਕਿਤਾਬ ਪੁੱਛਿਆ ਜਾਏਗਾ ਉੱਥੇ ਤੇਰੇ ਉੱਤੇ ਫਿਰ ਸੱਚਾ ਨਿਸ਼ਾਨ ਪਰਵਾਨਾ ਹੋਏਗਾ ਰਹੋ ਚੌਪੇ ਕਵੀ ਕਹਿ ਜਾਗੋ ਸੁਣ ਟੀਕਾ ਕਵੀ ਕਹਿੰਦਾ ਉਹਦਾ ਟੀਕਾ ਅਰਥ ਸੁਣ ਲਓ ਸ਼੍ਰੀਮੁਖ ਨੁਕਸੋ ਪਾਦ ਨਿਕਸੋ ਕਲਪਾ ਨਿਕਾ ਸ਼੍ਰੀ ਗੁਰੂ ਜੀ ਦੇ ਮੁੱਖ ਤੋਂ ਜਿਵੇਂ ਕਲ ਸੁੰਦਰ ਹਾਂਜੀ ਜਿਹੜਾ ਸ਼ਬਦ ਸੀ ਉਹ ਮਹਾਰਾਜ ਤੋਂ ਪਵਿੱਤਰ ਨਿਕਲਿਆ ਹੈ
ਪੂਰਾ ਸਰਦਾਪੁਰੀ ਸੁਹਾਵ ਹੈ ਉਹਨਾਂ ਦੀ ਉਚਾਰਨ ਕੀਤੀ ਜਿਹੜੀ ਬਾਣੀ ਹੈ ਦਰਗਾਹੀ ਇਹ ਬੜੀ ਸੁਹਾਵ ਹੈ ਸੋਭਨੀ ਖੁਰ ਰਹੀ ਹੈ ਪਦਵੀ ਪਰਾ ਜਾਸ ਤੇ ਪਾਵੈ ਜਿਹਦੇ ਕਰਕੇ ਹਾਂਜੀ ਫਿਰ ਇਹ ਧਰਤੀ 'ਤੇ ਬੜੀ ਉੱਚੀ ਪਦਵੀ ਪਾਲਣ ਦਾ ਦੇਹ ਤਰ੍ਹਾਂ ਜਾਂ ਕਾਰਨ ਧਰਨੀ ਜਿਸ ਕੰਮ ਲਈ ਉਹਨਾਂ ਨੇ ਧਰਤੀ 'ਤੇ ਅਵਤਾਰ ਧਾਰਿਆ ਧਰਨੀ ਧਰਤੀ ਬੈਲਾ ਕਰਨ ਲੱਗੇ ਸੁਖ ਬੈ ਅਲੱਗ ਉਮਰ ਛੋਟੀ ਆ ਅਤੇ ਹੁਣ ਜਿਹੜੀ ਕਰਨ ਲਈ ਉਹ ਆਏ ਉਹ ਕਰਨ ਲੱਗ ਗਿਆ ਅਨਵਸਥਾ ਉਪਦੇਸ਼ ਕੇਰੀ ਛੋਟੀ ਉਮਰ 'ਚ ਉਪਦੇਸ਼ ਦੇਣ ਲੱਗ ਪੈ ਧਰਾ ਧੀਰ ਸਕਣ ਹੇਰੀ ਉਹਨਾਂ ਕੋਲ ਧਰਤੀ ਦੀ ਵਿਆਕਲਤਾ ਜਿਹੜੀ ਉਹ ਦੇਖੀ ਨਹੀਂ ਜਾਂਦੀ ਧਰਤੀ ਨੇ ਧੀਰੇ ਛੱਡੀ ਹੋਈ ਹੈ ਧੀਰੇ ਤੋਂ ਰਹਿਤ ਹੋ ਗਈ ਦੁਖੀ ਹੈ ਦੇਖੀ ਨਹੀਂ ਗਈ ਚੌਵੀ ਪਾਦੇ ਦਾ ਪੂਰਵ ਪੁਕਾਰਾ ਪਾਦੇ ਨੂੰ ਸੰਸਾਰ ਸਾਹਿਬ ਤੋਂ ਪਾਰ ਉਤਾਰਨ ਲਈ ਪਰ ਪੁਕਾਰ ਵਾਸਤੇ ਭਾਵ ਉਤਾਰਨ ਹੈ ਸ਼ਬਦ ਉਚਾਰਾ ਸੰਸਾਰ ਸਾਹਿਬ ਉਤਾਰਨ ਲਈ ਸ਼ਬਦ ਉਚਾਰਾ ਚਤੁਰਵੇਦ ਵਰ ਸਾਰ ਲਿਖਾਇਆ ਚਾਰੇ ਵੇਦਾਂ ਦਾ ਸ੍ਰੇਸ਼ਟ ਸਿਧਾਂਤ ਉਹਨੂੰ ਜਣਾ ਦਿੱਤਾ ਤਰੈ ਸੇ ਨਾਲ ਸੁਣ ਮਨ ਉਹ ਪੁਰ ਤਰ ਜਾਂਦੇ ਜਿਹੜੇ ਸੁਣ ਕੇ ਮਨ ਵਸਾਉਂਦੇ ਆ ਦੋਹਰਾ ਦੇਵ ਦੇਹ ਦੀ ਵੀ ਟੀਕੇ ਵੇਖੇ ਨੇਹੇ ਮੋਹ ਭਰਪੂਰ ਇਹ ਦੇਵ ਰੂਪੀ ਦੀਵੇ ਦੇ ਜਿਹੜਾ ਪਾਤਰ ਇਹਦੇ ਮੋਹ ਰੂਪੀ ਤੇਲ ਭਰਿਆ ਪਿਆ ਬਾਤੀ ਵਿਸ਼ਨ ਵਾਸ਼ਨ ਇਹ ਬੱਤੀ ਗੜੀ ਹੈ ਵਿਸ਼ਨ ਵਾਸ਼ਨ ਦੀ ਹੈ ਔਰ ਅਗਨ ਗਿਆਨ ਤੇ ਦੂਰ ਔਰ ਫਿਰ ਕਹਿੰਦੇ ਆ ਦੀਵੇ ਵਿੱਚੋਂ ਪੈਦਾ ਹੋ ਰਹੀ ਹੈ ਅਗਨੀ ਜਿਹੜੀ ਹੈ ਗਿਆਨ ਤੋਂ ਦੂਰ ਹੈ ਚੌਵੀ ਗੁਰਪ੍ਰਸਾਦ ਦਾ ਟਿਕਜਾ ਵਹਿ ਹੈ ਜਦੋਂ ਸਤਿਗੁਰੂ ਕਿਰਪਾ ਹੋ ਜਾਂਦੀ ਹੈ ਅਤੇ ਫਿਰ ਗੁਰਪ੍ਰਸਾਦ ਦਾ ਢਿੱਗ ਜਵਾਬ ਹੋਇਆ ਹੈ ਜਦੋਂ ਗੁਰਪ੍ਰਸਾਦ ਕਿਰਪਾ ਨਾਲ ਨੇੜੇ ਹੁੰਦਾ ਹੈ ਆਤਮ ਗਿਆਨ ਲੇਪ ਪਦ ਪੈ ਫਿਰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਦੀ ਪ੍ਰਸਾਦ ਜਦੋਂ ਹੁੰਦੀ ਹੈ ਢਿੱਗ ਜਵਾ ਗੁਰੂ ਦੀ ਕਿਰਪਾ ਦੇ ਨੇੜੇ ਹੁੰਦਾ ਪਾਪ ਪਾਤਰ ਬਣਦਾ ਆਤਮ ਗਿਆਨ ਪਦਵੀ ਲੈ ਲੈਣਾ ਸ਼੍ਰੀ ਨਾਨਕ ਹੋਏ ਗੁਰ ਦੁਖੂ ਫਿਰ ਪਾਤਸ਼ਾਹ ਕਹਿੰਦੇ ਆ ਮਨੁੱਖ ਦੀ ਉੱਚੀ ਪਦਵੀ ਨੂੰ ਪਾਲਣ ਦਾ ਹੈ ਲੇਹ ਪਦ ਪੈ ਹੈ ਇਹ ਆਤਮਾ ਗਿਆਨ ਦੀ ਪਦ ਪਾਲਣ ਦਾ ਧੰਨ ਸ਼੍ਰੀ ਗੁਰੂ ਨਾਨਕ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਹੋਏ ਆ ਪੇ ਪ੍ਰਸਿੱਧ ਉਪਦੇਸ਼ ਹੈ ਸੋ ਉਹਨਾਂ ਨੇ ਸਾਰੀ ਦੁਨੀਆਂ ਨੂੰ ਪ੍ਰਸੰਨ ਹੋ ਕੇ ਸੱਚ ਦਾ ਉਪਦੇਸ਼ ਦਿੱਤਾ ਹੈ ਨੇ ਮੋਹ ਜਬ ਪਾਧਾ ਜਾਰੋ ਇਹ ਸੰਸਾਰ ਦਾ ਜਿਹੜਾ ਮੋਹ ਪਾਧਾ ਜੀ ਸਾੜ ਦਿਓ ਗਿਆਨਕ ਅਨਸੋ ਸਗਲ ਨਵਾਰੋ ਗਿਆਨ ਰੂਪੀ ਅਗਨੀ ਨੇ ਸਭ ਨੂੰ ਦੂਰ ਕਰੋ ਸ਼ਰਧਾ ਧਾਰ ਕਾਜਲ ਵਰ ਪਾਵ ਹੈ ਸ਼ਰਧਾ ਧਾਰ ਕੇ ਸ੍ਰੇਸ਼ਟ ਕੱਜਲ ਜਿਹੜਾ ਅੱਖਾਂ 'ਚ ਪਾ ਲਓ ਹੰਗ ਤਨ ਤਜਨਾ ਕਸਨ ਸੁਆਰੋ ਜਿਹੜਾ ਅਹੰ ਤਨ ਇਹ ਦੇਹ ਦਾ ਅਹੰਕਾਰ ਨੂੰ ਛੱਡ ਕੇ ਅਤੇ ਕਸਨ ਸੁਆਰੋ ਇਹ ਜਿਹੜਾ ਆਪਣਾ ਜੀਵਨ ਹੈ ਨਾ ਇਹਨੂੰ ਸੁਆਰ ਲਓ ਕਿਉਂਕਿ ਜਿਹੜਾ ਜੀਵਨ ਹੈ ਅਹੰ ਤਨ ਤਜਨਾ ਕਸਨ ਸਵਾਰੋ ਘਸਾਣਾ ਕਰੋ ਭਾਵ ਆਪਣੇ ਜੀਵਨ ਨੂੰ ਸਵਾਰ ਲੈਣਾ ਕਰੋ ਸੁਮਤ ਸਾਰ ਕੋ ਕਾਗਜ਼ ਕਰੀਏ ਸ੍ਰੇਸ਼ਟ ਉਹਦੇ ਨੂੰ ਕਾਗਜ਼ ਬਣਾ ਲਓ ਭਾਉ ਕਲਮ ਕਰ ਮਨ ਮੈਂ ਧਰੀਏ ਪਰਮੇਸ਼ਰ ਪ੍ਰੀਤੀ ਆਪਣੀ ਕਲਮ ਲਿਖਣੀ ਬਣਾ ਲਓ ਧਾਰ ਲਓ ਲੇਖ ਜਿਤ ਬੂਝ ਗੁਰਦੁਆਰਾ ਔਰ ਆਪਣੇ ਮਨ ਨੂੰ ਲੇਖਕ ਬਣਾ ਲਓ ਸਤਿਗੁਰਾਂ ਦੀ ਦੁਆਰੇ ਜਾ ਕੇ ਉਹਨਾਂ ਦੀ ਸਿੱਖਿਆ ਲੈ ਕੇ ਲਿਖੀਏ ਸੱਤਾ ਸਤ ਵਿਚਾਰਾਂ ਫਿਰ ਜਿਹੜੇ ਸੱਤ ਸਤ ਦੀ ਵਿਚਾਰੇ ਨੂੰ ਲਿਖੀਏ ਸੱਤ ਨੂੰ ਤਿਆਗੀਏ ਸੱਤ ਨੂੰ ਗ੍ਰਹਿਣ ਕਰੀਏ ਦੋਹਰਾ ਅਸੀਂ ਲੇਖਾਂ ਲਿਖ ਜਾਣ ਤੂੰ ਜਿਸ 'ਤੇ ਉਹਨਾਂ ਹੋਏ ਜਿਸ ਨਾਲ ਲੇਖਾਂ ਲਿਖਣਾ ਸਿੱਖ ਲਿਆ ਜਾਣ ਲਾ ਫਿਰ ਜਿੱਥੇ ਕਿਤੇ ਹਿਸਾਬ ਪੁੱਛਿਆ ਆਵੇ ਤੈਨੂੰ ਕਿਸੇ ਤਰ੍ਹਾਂ ਦੀ ਊਨ ਮੈਨੂੰ ਊਨਤਾਈ ਨਹੀਂ ਹੋਏਗੀ ਲਿਖੋ ਨਾਮ ਅਤੇ ਸਿਫਤ ਲਿਖ ਅੰਤ ਨਾ ਪਰ ਉਰੋ ਕੋਏ ਜੇ ਪਰਮੇਸ਼ੁਰ ਨਾਮ ਲਿਖੋ ਉਹਦੀ ਵਡਿਆਈ ਲਿਖੋ ਲਿਖੀ ਜਾਓ ਫਿਰ ਉਹਦਾ ਕੋਈ ਅਖੀਰ ਜਾਂ ਅੰਤ ਨਹੀਂ ਹੋਏਗਾ ਚੌਪਈ ਜੇ ਸਥਾਨ ਲੇਖਾ ਜਮ ਲਈ ਜਿਹੜੀ ਜਾਤ ਨੂੰ ਲੇਖਾ ਮੰਗਦਾ ਸੱਚ ਨਿਸ਼ਾਨੀ ਹੀਰ ਮਚਾਈ ਜੇ ਸੱਚ ਦੀ ਨਿਸ਼ਾਨੀ ਵੇਖ ਕੇ ਫਿਰ ਮਚਾਈ ਮੈਂ ਨਹੀਂ ਛੱਡ ਦਿੰਦਾ ਤੂੰ ਵੀ ਖੜਾ ਹੋ ਜਾ ਕੁਛ ਕੋਏ ਸ਼ਾਹ ਕੁਝ ਐਸੇ ਜਿਵੇਂ ਖਜਾਨਚੀ ਬਾਦਸ਼ਾਹ ਪਾਸੋਂ ਹਾਂਜੀ ਕਰ ਨਹੀਂ ਲੈ ਸਕਦਾ ਸੱਚ ਨਿਸ਼ਾਨੀ ਹੇਰ ਮਚਾਈ
ਤੇ ਸੱਚ ਦੀ ਨਿਸ਼ਾਨੀ ਵਾਲੇ ਜਿਹੜੇ ਵਿਅਕਤੀ ਉਹਦੇ ਕੋਲ ਨੌਕਰ ਮਾਮਲਾ ਕਿਵੇਂ ਮੰਗ ਸਕਦਾ? ਕੁਛ ਕੁਛ ਆ ਕੁਛ ਜਿਵੇਂ ਸ਼ਾਹ ਦਾ ਖਜਾਂਚੀ ਹੋਵੇ ਤੇ ਤੇ ਸ਼ੁਲਕ ਪ੍ਰੇਤਲ ਲੇ ਕੈਸੇ? ਫਿਰ ਇਸ ਤਰ੍ਹਾਂ ਇੱਕ ਨੌਕਰ ਮਾਮਲਾ ਕਿਵੇਂ ਮੰਗ ਸਕਦਾ ਹੈ? ਇਸ ਤਰ੍ਹਾਂ ਭਾਵ ਕੀ ਹੈ? ਪਰਮੇਸ਼ਰ ਜਿਹੜਾ ਪਰਮੇਸ਼ਰ ਦਾ ਭਗਤ ਪ੍ਰਭੂ ਦੇ ਸਮਾਨ ਹੋ ਜਾਂਦਾ, ਧਰਮ ਰਾਜਾ ਉਹਦਾ ਨੌਕਰ ਹੋ ਜਾਂਦਾ, ਧਰਮ ਰਾਜਾ ਫਿਰ ਉਹਨਾਂ ਤੋਂ ਲੇਖਾ ਨਹੀਂ ਨਾ ਮੰਗਦਾ ਹੈ, ਕਿਉਂਕਿ ਉਹ ਪਰਮੇਸ਼ਰ ਨਾਲ ਅਭੇਦ ਹੋ ਜਾਂਦਾ। ਜਿਸ ਤਰ੍ਹਾਂ ਲੇਖਾ ਜਮ ਲਈ ਸੱਚ ਨਿਸ਼ਾਨੀ ਹੇਰ ਮਚਾਈ, ਸੱਚ ਦੀ ਨਿਸ਼ਾਨੀ ਉਹ ਰੁੱਕਾ ਜਿਹੜਾ ਦੇਖ ਕੇ ਮਚਾਈ, ਵੇਖ ਕੇ ਛੱਡ ਦਿੰਦਾ ਮਚਾਈ। ਕੁਛ ਪੁੱਛਾ ਕੁਝ ਅਸੀਂ ਨਿਸ਼ਾ ਦਾ ਖਜਾਂਚੀ ਹੋਵੇ ਤੇ ਸ਼ੁਲਕ ਪ੍ਰਿਤ ਲੈ ਕੇ ਅਸੀਂ ਉਹ ਤੋਂ ਫਿਰ ਜਿਹੜਾ ਪ੍ਰਿਤ ਨੌਕਰ ਉਹ ਸ਼ੁਲਕ ਲੇਖਾ ਕਿਵੇਂ ਲੈ ਸਕਦਾ? ਆਪ ਭੈਣ ਦੀ ਮਿਲੇ ਉਹ ਆਪ ਭੇਟਾ ਦੇ ਕਿਸੋ ਮਿਲਦਾ ਹੈ। ਦਾਰੂ ਕਰ ਆਪਾਂ ਨੂੰ ਸੰਕੋਚ ਰਹੇ ਮਨ 'ਚ ਡਰ ਧਾਰ ਕੇ ਸੰਕੋਚ ਕੇ ਚੱਲਦਾ। ਅਸ ਲੇਖਾ ਜੇ ਤੋ ਔਰ ਪਾਧਾ, ਜੇ ਐਸਾ ਲੇਖਾ ਹੈ ਪਾਧਾ ਤੇਰੇ ਕੋ ਉਧਰਿਆ ਕੋ ਪਸੰਦ ਕਰਦਾ। ਇਹ ਜਿਹੜਾ ਐਸਾ ਸੰਸਾਰ ਸਾਗਰ ਆ ਦੂੰਗਾ, ਇਹ ਤੋਂ ਤੁਹਾਡਾ ਆਧਾਰ ਹੋ ਜਾਏਗਾ। ਜੀਵਨ ਉਹ ਜਾਏ ਜੇ ਜਾਈ, ਇਹ ਜਿਹੜਾ ਜੀਵ ਆ ਅਨੋਜ ਨਤਾਣਾ ਹੋ ਕੇ ਜਾਏਗਾ। ਪਰਮ ਮੀਤ ਜੋ ਤਾਂ ਸਹਾਈ, ਜਦੋਂ ਨਿਰਮਲ ਹੋ ਕੇ ਜਾਏਗਾ ਫਿਰ ਉਹ ਜਿਹੜਾ ਪਰਮੇਸ਼ਰ ਆ ਇਹਦਾ ਵੱਡਾ ਮਿੱਤਰ ਬਣ ਕੇ ਇਹਦੀ ਸਹਾਇਤਾ ਕਰੇਗਾ। ਅਨੋਜ ਮੈਨੇ ਬਲ ਤੋਂ ਰਹਿਤ, ਨਤਾਣਾ ਜੀ ਜਿੱਥੇ ਜਾਂਦਾ ਪਰਮ ਮੀਤ ਜਿਉਂ ਤਾਂ ਸਹਾਈ, ਵੀ ਪਰਮ ਮਿੱਤਰ ਪ੍ਰਭੂ ਹਰ ਤੋਂ ਸਹਾਇਤਾ ਕਰਦੇ। ਸਾਬਰ ਭੂਮ ਸ਼ਰਨ ਜੇ ਪਰਮ, ਜਿਹੜਾ ਵਿਅਕਤੀ ਉਹਦੀ ਸਾਬਰ ਭੂਮ ਚੱਕਰ ਵੀ ਸ਼ਰਨ ਵਿੱਚ ਆ ਕੇ ਉਹਦਾ ਪਰਨਾ ਆਸਰਾ ਲੈਂਦਾ ਅਤੇ ਨਾਲੋਂ ਡਰ ਕਿਉਂ ਫਿਰ ਕਰਨ? ਉਹ ਜਿਹੜਾ ਬੰਦਾ ਫਿਰ ਹੁਣ ਕਿਸੇ ਦਾ ਡਰ ਕਿਉਂ ਕਰਨਾ, ਕਿਉਂ ਮੰਨਣਾ? ਉਹ ਤਾਂ ਭੈ ਤੋਂ ਰਹਿਤ ਹੋ ਜਾਂਦਾ ਹੈ। ਦੋਹਰਾ ਸੁਣ ਸ਼ਰੋਣਾ ਨੂੰ ਮਨ ਗੁਣ ਹੈ ਪੁੰਨ ਪਾਧੇ ਅਚਰਜ ਕੀ ਕੰਨਾ ਨਾ, ਇਹ ਗੁਣ ਸੇ ਇਹ ਵਿਚਾਰ ਸੁਣ ਕੇ ਮਨ 'ਚ ਵਿਚਾਰ ਕੇ ਪਾਧੇ ਨੇ ਬੜਾ ਅਚਰਜ ਜਾਣਿਆ। ਦੁਤੀਆ ਇੰਦਰ ਕਾਂ ਰਾ ਕਹਿੰਦੇ ਜਿਉਂ ਜੌਨ ਬੈਨ ਇਨਕੀ। ਫਿਰ ਸੋਚਣ ਲੱਗਿਆ ਬੜਾ ਹੈਰਾਨ ਹੋ ਕੇ ਦੂਜ ਦੇ ਚੰਦ ਤਰ੍ਹਾਂ ਪੁੰਨਿਆਂ ਦੇ ਚੰਦਰਾਂ ਵਾਂਗੂ ਇਹ ਰੋਸ਼ਨੀ ਹੈ ਗਿਆਨ ਦੀ। ਚੌਪੇ ਚਿਤ ਚਕੋਰ ਚਮਕੀ ਚਾਰੂ ਪਾਧੇ ਚਿਤ ਚਕੋਰ ਵਾਂਗੂ, ਹਾਂਜੀ, ਅਤੇ ਬਾਲਕ ਤੁਲਨਾ ਬਾਲ ਚਾਰੂ, ਸੁੰਦਰ ਬਾਲਕ ਨੂੰ ਵੇਖਣ ਦੀ ਇੱਛਾ ਪੈਦਾ ਹੋ ਗਈ ਰੁਚੀ। ਅਤੇ ਕਹਿਣ ਲੱਗਾ ਦੁਨੀਆਂ 'ਚ ਇਹਦੀ ਬਰਾਬਰੀ ਹੋਰ ਨਹੀਂ ਕੋਈ ਕਰ ਸਕਦਾ ਇਸ ਬਾਲਕ ਦੀ, ਜਿਹੜਾ ਇਹਦਾ ਐਸਾ ਆਚਾਰ ਕਰਤੱਵਿਆ ਕਲਾ ਵਿਸਾਲ ਦਿਆਲ ਭਲਪਨ। ਇਹ ਤਾਂ ਵਿਸਾਲ ਕਲਾ ਸ਼ਕਤੀਆਂ ਦੇ ਮਹਾਨ ਕਲਾ ਦੇ ਮਾਨਕ ਦਿਆਲੂ ਪਾਲੀ ਪੰਥ ਚੰਗੀ ਤਰ੍ਹਾਂ ਜਨ ਕਲਮਲ ਕਲ ਬਲ ਅਰਤ, ਇਹ ਤਾਂ ਫਿਰ ਬਹੁਤ ਕਲਾਤਮਕ ਦਿਆਲੂ ਦਿਆਲਤਾ ਦਾ ਸਰੂਪ ਹੈ। ਇਹ ਜਾਣੋ ਬਲਵਾਨ ਕਲਯੁਗ ਦੇ ਜਿਹੜੇ ਬਹੁਤ ਬਲ ਵਾਲੇ ਪਾਪੀ ਉਹਨਾਂ ਦੇ ਅਰਾਤੀ ਮੈਨੇ ਬੈਰੀ ਆ, ਸੂਝ ਪਰਿਪੂਜਨ ਹੈ ਤਾਂ ਉਹ ਤਿਉ। ਸਾਰੀ ਗੱਲ ਸਮਝ ਪੈ ਗਈ, ਪੁੱਛਣ ਲੱਗਾ, ਪੁੱਛਣ ਲਈ ਉਦੋਂ ਤਿਉ ਤਿਆਰ ਹੋ ਗਿਆ। ਕਮਲ ਵਧਨ ਅਲ ਬਚ ਗੁਰ ਬਿਤਿਉ, ਫਿਰ ਭੌਰੇ ਰੂਪੀ ਜਿਹੜੇ ਸ਼ਬਦ ਸਤਿਗੁਰੂ ਦੇ ਕਮਲਾਂ ਮੁਖੜੇ ਤੋਂ ਸਾਹਮਣੇ ਉਹ ਪ੍ਰਗਟ ਕੀਤੇ। ਆਰ ਸੁਜਨ ਭਜਨ ਜਲ ਮਹੀਨਾ, ਕਹਿੰਦੇ ਆਰ ਸੁਜਨ ਸ੍ਰੇਸ਼ਠ ਭਗਤ ਭਜਨ ਰੂਪੀ ਜਲ ਵਿੱਚ ਜਿਵੇਂ ਮੱਛੀ ਰਹਿੰਦੀ ਹੈ, ਸੁਨੇ ਸੁ ਦੇਖੇ ਮੈਂ ਦੀਨਾ, ਮੱਛੀ ਮੈਂ ਰਹਿਣ ਵਾਲੇ ਮੈਂ ਕਹਿੰਦੇ ਗਰੀਬ ਨੇ, ਸੁਣੇ ਵੀ ਹੈ ਅਤੇ ਦੇਖੇ ਵੀ ਹੈ, ਅਤੀ ਦੀਨ ਹੋ ਕੇ ਗਰੀਬ ਨੇ। ਅਸਨ ਵਸਨ ਤਨ ਪ੍ਰਾਪਤ ਨਾ ਹੀ, ਮੈਂ ਬੜਾ ਗਰੀਬ ਹਾਂ, ਭੋਜਨ ਵਸਤਰ ਪ੍ਰਾਪਤ ਨਹੀਂ, ਆਵੇ ਕਹਿ ਰੰਗ ਜਿਹਾ ਸੀ ਮੇਰਾ ਰਹਿਣ ਖਾਣ ਖਾਣ ਪੀਣ ਜਿਹੜਾ ਉਹ ਬੜਾ ਗਰੀਬਾਂ ਵਾਲਾ ਕੰਗਾਲਾਂ ਵਾਲਾ ਰੰਗ, ਇਸ ਕਰਮ ਸ਼ਰਧਾ ਹਰੀ ਇਹ ਮੈਂ ਮਨ ਸ਼ਰਧਾ ਤੋਂ ਤੁਰਿਆ ਤੋ ਹੋ ਗਿਆ। ਸਿਰ ਮਰਨਾ ਸੋਨ ਇੱਕ ਸਾਰ, ਇਹ ਭੁੱਲ ਗਿਆ ਸਾਰਿਆਂ ਨੇ ਇੱਕ ਵਾਰੀ ਮਰਨਾ ਹੈ, ਇਹਦੇ 'ਚ ਕੋਈ ਭਿੰਨ ਭੇਦ ਵਾਲੀ ਗੱਲ ਨਹੀਂ। ਦੋਹਰਾ ਤਰਾ ਤੀਰਗਾ ਧਰਮ ਤੁਰ ਪਾਧੇ ਕੇ ਸੁਣ ਬਹਿਣ, ਧਰਦੀ ਧੀਰ ਦਿਨ ਬਾਅਦ ਸਤਿਗੁਰੂ ਧਰਮ ਦਾ ਆਸਣ, ਸਤਿਗੁਰ ਨੇ ਪਾਧੇ ਗੱਲ ਸੁਣ ਕੇ ਬਚਨ ਤੁਰਿਆ ਜਾਤ ਬਦਬਨ ਅਤੇ ਬਤੇ ਬਦ ਤੰਗ ਸ਼ਰਧਾ ਦੇਣ, ਵੀ ਆਪਣੇ ਕਮਲਾਂ ਮੁੱਖ ਤੋਂ
ਆਦੇ ਨੂੰ ਚਾਰ ਦਸ ਦਿਨ ਲਈ ਬਚਨ ਕਹੇ ਬਤੰਗ ਮੈਨੇ ਕਹੇ ਦੂਜੇ ਸ਼ਬਦ ਵਿੱਚ ਸ਼੍ਰੀ ਮੁਖਵਾ ਜਿੱਥੇ ਮੇਰੇ ਵਡਿਆਈ ਆ ਸਾਧੂ ਕਹਿੰਦੇ ਹਾਂ ਚਾਹੋ ਜਿੱਥੇ ਵਡਿਆਈਆਂ ਸਦਾ ਖੁਸ਼ੀਆਂ ਸਦਾ ਉਤਸ਼ਾਹ ਪ੍ਰਾਪਤ ਹੁੰਦੇ ਚਾਹ ਤਿੰਨ ਮੁਖ ਟਿੱਕੇ ਨਿਕਲਿਆ ਜਨਮਨ ਸੱਚਾ ਨਾ ਉੱਥੇ ਜਿਨ੍ਹਾਂ ਦੇ ਮਨ ਅੰਦਰ ਸੱਚਾ ਨਾ ਆ ਉਹਨਾਂ ਦੇ ਚਿਹਰਿਆਂ 'ਤੇ ਇੱਜਤ ਦੇ ਤਿਲਕ ਲੱਗਦੇ ਆ ਪਰ ਮੇਰਾ ਤਾਂ ਭਾਈ ਨਾ ਹੀ ਗੱਲੀ ਵਾਓ ਦੋ ਜੇ ਬੰਦਾ ਰੱਬ ਦੀ ਮਿਹਰ ਦਾ ਪਾਤਰ ਹੋ ਜਾਏ ਇਹਦਾ ਐਸੀਆਂ ਵਡਿਆਈਆਂ ਪਾਉਂਦਾ ਨਹੀਂ ਤਾਂ ਗੱਲੀ ਵਾਓ ਦੋ ਕੋਈ ਜਿਹੜੀਆਂ ਵਿਹਲੀਆਂ ਗੱਲਾਂ ਕਰਨਾ ਕੁਝ ਵੀ ਨਹੀਂ ਮਿਲਦਾ ਵਾਓ ਦੋ ਜਿਹੜੀਆਂ ਫਜ਼ੂਲ ਗੱਲਾਂ ਹਨ ਉਹਨਾਂ ਨਾਲ ਕੁਝ ਨਹੀਂ ਮਿਲਦਾ ਵਾਓ ਦੋ ਜਿਹੜੀਆਂ ਵਿਹਲੀਆਂ ਫੋਕਟ ਗੱਲਾਂ ਚੁੱਪ ਜੀ ਨਹਿ ਪਾਦਾ ਔਰ ਧਾਰੋ ਐਸੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਕਿ ਪਾਦਾ ਜੀ ਆਪਣੇ ਮਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹਨੂੰ ਨਾ ਧਾਰੋ ਕਿਉਂਕਿ ਜਿਹੜੀ ਗੁਰੂ ਦੀ ਕਿਰਪਾ ਉਹ ਬੜੀ ਅਸਚਰਜ ਹੈਗੀ ਹੈ ਇਸ ਵਾਸਤੇ ਹੁਣ ਅੱਗੇ ਉਹ ਸਿੱਖਿਆ ਦੇ ਰਹੇ ਕਿ ਪਾਦਾ ਜੀ ਉਸ ਮਾਲਕ ਦੇ ਉੱਤੇ ਵਿਸ਼ਵਾਸ ਕਰੋ ਹਾਂਜੀ ਉਹਦਾ ਨਾਮ ਜਪੋ ਅਤੇ ਉਹਨੂੰ ਹਮੇਸ਼ਾ ਚੇਤੇ ਰੱਖੋ ਮੈਂ ਪਾਦਾ ਔਰ ਤਾਰੋ ਐਸੇ ਅਗਿਆਨੀ ਨਰ ਮਰ ਹਾਂ ਜੈਸੇ ਜਿਵੇਂ ਗਿਆਨੀ ਪੁਰਸ਼ ਮਰਦੇ ਸਹਿ ਸ਼ੋਕਨ ਸੋ ਮਰਨਾ ਤਿਮ ਉਹਦਾ ਸ਼ੋਕਾਂ ਦੇ ਨਾਲ ਮਰਨਾ ਹੁੰਦਾ ਸਹਿ ਮੈਨੇ ਸਮੇਤ ਸ਼ੋਕ ਦੇ ਜਨਮ ਜੌਨ ਪੁੰਨ ਪੁੰਨ ਤਿੰਨ ਕਣਕ ਕੌਣ ਗਿਣ ਸਕਦਾ ਉਹਨਾਂ ਨੂੰ ਵਾਰ ਵਾਰ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਨਿਤ ਚਿਤ ਹਰ ਕੇ ਸੰਸ ਕਹਿੰਦਾ ਜਿਹੜੇ ਸੰਤ ਆ ਉਹ ਨਿਤ ਚਿਤ ਵਿੱਚ ਸਦਾ ਸੁਖੀ ਰਹਿੰਦੇ ਆ ਜਮਦੂਤਾਂ 'ਤੇ ਤਿੰਨ ਮਨ ਪੈਣਾ ਜਮਦੂਤਾਂ ਤੋਂ ਉਹਦੇ ਮਨ 'ਚ ਕੋਈ ਪੈਰ ਨਹੀਂ ਸਾਧੂਆਂ ਨੇ ਚਾਹ ਕਰਨਾ ਸਦਾ ਖੁਸ਼ੀਆਂ ਮਨ ਦੇ ਵਿੱਚ ਸਦਾ ਘਣਾ ਜਿਹੜਾ ਚਾਹ ਹੈ ਉਹਨਾਂ ਦੇ ਬਣਿਆ ਰਹਿੰਦਾ ਹੈ ਸਦਾ ਉਹਨਾਂ ਦੇ ਮਨ ਵਿੱਚ ਚਾਹ ਬਣਿਆ ਰਹਿੰਦਾ ਖੁਸ਼ੀਆਂ ਬਣੀਆਂ ਰਹਿਣੀਆਂ ਹਾਂਜੀ ਇਸ ਵਾਸਤੇ ਉਹ ਸਦਾ ਮਨ ਦੇ ਵਿੱਚ ਆਨੰਦ ਸਰੂਪ ਰਹਿੰਦੇ ਆ ਸਤਿਗੁਰ ਦੀਆਂ 'ਚ ਚਾਹੁ ਹਨੇਰਾ ਜਪਤ ਨਾਮ ਹਰ ਹੀਰਾ ਨੇਰਾ ਨਾਮ ਜਪਦੇ ਆ ਉਹਨੂੰ ਨੇੜੇ ਜਾਂਦੇ ਚਿੱਤ ਅਚਿੰਤ ਤਨ ਤਜ ਜਪ ਜਾਈ ਜਦੋਂ ਵੇ ਚਿੱਤ ਚਿੰਤਾ ਤੋਂ ਰਹਿਤ ਹੋ ਜਾਂਦਾ ਸਰੀਰ ਛੱਡ ਕੇ ਚਲੇ ਜਾਂਦੇ ਆ ਅੱਗੇ ਮਿਲਿਆ ਤਿੰਨ ਵਡਿਆ ਅੱਗੇ ਉਹਨੂੰ ਵਡਿਆਈ ਮਿਲਦੀ ਹੈ ਜਸ ਕੇ ਨਿਕਸਾ ਮਾਸਾ ਟੀਕਾ ਕਿ ਮੱਥੇ ਜਸ ਦੇ ਟਿੱਕੇ ਨਿਕਲਦੇ ਆ ਸੋਜਨ ਭਜਨ ਮੈਂ ਹਾਂ ਜਨਮ ਮਨੀ ਕਾ ਉਹ ਜਿਹੜੇ ਪੁਰਸ਼ ਜਿਨ੍ਹਾਂ ਦੇ ਮਨ 'ਚ ਹਰ ਵੇਲੇ ਭਜਨ 'ਚ ਮਨ ਜੁੜਿਆ ਰਹਿੰਦਾ ਅਤੇ ਅਗਲੇ ਸੰਸਾਰ 'ਚ ਉਹਨੇ ਮੱਥੇ ਦੇ ਜਸ ਦੇ ਤਿਲਕ ਵੀ ਲੱਗਦੇ ਆ ਦੋਹਰਾ ਸ਼੍ਰੀ ਪਰਮੇਸ਼ਰ ਰੱਤ ਦਇਆ ਜੇ ਨਾਰਾ ਪ੍ਰਾਪਤ ਨਾਮ ਕਹਿੰਦੇ ਜਿਹੜੇ ਪੁਰਸ਼ ਦੇ ਉੱਤੇ ਉਹਦੀ ਜ਼ਿਆਦਾ ਮਿਹਰ ਹੁੰਦੀ ਨਾਮ ਦੀ ਪ੍ਰਾਪਤੀ ਹੁੰਦੀ ਹੱਥ ਸਿਆ ਕਰਕੇ ਬਾਤਾਂ ਵਗਰੀ ਬਦਲਦੇ ਬਹੁਤ ਸਰਫ ਮੈਨੂੰ ਕਾਮ ਜਿਹੜਾ ਮੂੰਹ ਤੋਂ ਹੋਰ ਗੱਲਾਂ ਐਵੇਂ ਕਰੀਆਂ ਉਹ ਤਾਂ ਹਵਾ ਦੇ ਸਮਾਨ ਹੈ ਬਾਤਾਂ ਬਕਨੀ ਬਦਨ 'ਤੇ ਜਿਹੜੇ ਮੂੰਹ ਤੋਂ ਬਾਤਾਂ ਬਕਣੀਆਂ ਨੇ ਅਤੇ ਉਹ ਤਾਂ ਹਵਾ ਦੇ ਬ੍ਰਹਮ ਜਿਵੇਂ ਬੁਲਾਇਆ ਤਾਂ ਨਿਕਲਿਆ ਪਾਪ ਫਜੂਲ ਆ ਹਾਂਜੀ ਬਾਤ ਸਰਸ ਬਿਨ ਕੰਮ ਉਹ ਤਾਂ ਹਵਾ ਦੀ ਨਹੀਂ ਸਾਰੀਆਂ ਬਿਨ ਕੰਮ ਵਿਅਰਥ ਫਜੂਲ ਆ ਚੋਪੇ ਸੁਣ ਸੁਣ ਸੁਣਨ ਬੈਨਣ ਪਾਦਾ ਸਤਿਗੁਰਾਂ ਦੇ ਬਚਨ ਕੰਨਾਂ ਨੂੰ ਸੁਣ ਸੁਣ ਕੇ ਪਾਦਾ ਨਿੱਜ ਚਿੱਤ ਹੈ ਲੱਖ ਮੰਤਰ ਵਾਧਾ ਪਾਦਾ ਇਉਂ ਕੀ ਲਿਆ ਗਿਆ ਜਿਵੇਂ ਸੱਪ ਮੰਤਰਾਂ ਨਾਲ ਕੀ ਲਿਆ ਜਾਂਦਾ ਤਿਉਂ ਤਿਉਂ ਨਮਰ ਹੋਏ ਕਰਬਾਣੀ ਇਸ ਤਰ੍ਹਾਂ ਫੇ ਅਸੀਂ ਨਿਮਰਤਾ ਧਾਰ ਕੇ ਬਾਣੀ ਬੁੱਝਣ ਹਿਤ ਬਦਾ ਸੁਗਾਣ ਫਿਰ ਪਾਦੇ ਨੂੰ ਸਮਝਾਉਣ ਲਈ ਸ੍ਰੇਸ਼ਟ ਬਾਣੀ ਪਾਤਸ਼ਾਹ ਕਥਨ ਕਰਦੇ ਆ ਪਾਤਸ਼ਾਹ ਭੁਗਤੇ ਕੀਤੇ ਹਾਂਜੀ ਬਾਦਸ਼ਾਹ ਵੱਡੇ ਵੱਡੇ ਰਾਜੇ ਇੱਕ ਬਣਾਏ ਆ ਚਿੱਤ ਮੈਂ ਕਾਬੂ ਗਾਉਂਦਾ ਨੂੰ ਵੀ ਚਿੱਤ ਕਦੀ ਉਹਨਾਂ ਦੀ ਪਰਮੇਸ਼ੁਰ ਪ੍ਰੀਤੀ ਨਹੀਂ ਬਿਸਲ ਜਗਤ ਵਿਸਾਲ ਬਲਾਸਾ ਉਹ ਸੰਸਾਰ ਵਿੱਚ ਹਮੇਸ਼ਾ ਬਿਲਸਤ ਹਾਂਜੀ ਅਤੇ ਜਿਹੜੇ ਭੋਗਮ ਬਲਾਸਾਂ 'ਚ ਫਸੇ ਰਹਿੰਦੇ ਆ ਹਿਰਦੇ ਨੇ ਕਦੇ ਨਾਮ ਭਰੋਸਾ ਹਿਰਦੇ ਦੇ ਨਾਮ ਦਾ ਭਰੋਸਾ ਨਹੀਂ ਕਰਦੇ ਇਸ ਵਾਸ ਰੈਸ਼ਨ ਮੈਂ ਐਸੇ ਦਿਨ ਰਾਤ ਐਸ਼ਾਂ 'ਚ ਪਕੜੇ ਰਹਿੰਦੇ ਉਤਪਲ ਮੈਂ ਅੱਲ ਮਿਲ ਵਜਿਆ ਸੀ ਜਿਵੇਂ ਕਬਲ ਜਿਵੇਂ ਕਬਲ ਨੂੰ ਭੌਰਾ ਚਿੰਬੜ ਜਾਂਦਾ ਭਾਵ ਮਿਲਦਾ ਹੈ ਇਸ ਤਰ੍ਹਾਂ ਹੀ ਉਹਨਾਂ ਦੀ ਹਾਲਤ ਹੈ
ਪੁੱਤ ਪਲਮਿਨੇ ਕਵਲ ਆਲਮਿਨੇ ਪੌਰਾ ਅੰਤ ਸਮਾਂ ਨੇ ਸਿਮਰੈ ਸੋ ਉਹ ਅੰਤ ਸਮੇਂ ਉਹਦਾ ਸਿਮਰਨ ਨਹੀਂ ਕਰਦੇ ਜਿਉਂ ਅੱਗ ਲਖਤ ਨਾ ਲੋਲ ਫੂ ਉਹਨੂੰ ਜਾਣਦੇ ਨਹੀਂ ਜਿਵੇਂ ਪਾਪ ਦੇ ਲੰਪਟ ਜਿਹੜੇ ਪਾਪਾਂ ਦੇ ਵਿੱਚ ਗਲਤਾਨ ਹੈ ਕੋਈ ਜਾਣ ਨਹੀਂ ਸਕਦਾ ਹਾਂਜੀ ਉਹ ਚੰਚਲ ਮਨ ਵਾਲੇ ਉਹ ਨਹੀਂ ਜਾਣ ਸਕਦੇ ਦੋਹਰਾ ਜਿਨ ਦਿਨੋਂ ਤਨ ਮਨ ਤਨ ਤਿਸ ਦੇ ਆਸਨ ਜਾਣ ਹੈ ਜਿਨ੍ਹਾਂ ਨੇ ਪਰਮੇਸ਼ੁਰ ਨਾਲ ਮਿਲਦੇ ਵੀ ਸੁਣਨ ਨੂੰ ਦੀ ਥਾਂ ਜਿਹੜੀ ਆਪਣਾ ਤਨ ਮਨ ਤਨ ਉਹਨੂੰ ਅਰਪਣ ਕਰ ਦਿੱਤਾ ਹਾਂਜੀ ਔਰ ਉਹ ਐਸੇ ਅਣਜਾਣ ਹੈ ਦਾਦਰ ਕਰਦਾ ਵੱਧ ਮੇਰੇ ਕੀਮਨਾ ਕਾਨੂੰ ਪਰ ਜਿਹੜੇ ਦੂਏ ਪਾਸੇ ਮਨਮੁਖ ਹੈ ਉਹ ਨਾਮ ਨੂੰ ਹਿਰਦੇ ਵਸਾਉਣ ਦੀ ਜਗ੍ਹਾ ਤਨ ਮਨ ਤਨ ਹਾਂਜੀ ਅਰਪਣ ਕਰ ਦਿੱਤਾ ਐਸੇ ਅਣਜਾਣ ਆ ਦੁਨਿਆਵੀ ਮੋਹ ਮਮਤਾ 'ਚ ਫਸੇ ਹੈ ਜਿਵੇਂ ਡਿੱਡੂ ਕਹਿੰਦੇ ਦਾਦਰ ਕਰਦਮ ਮਧ ਮਿਲ ਕੀਮਨਾ ਕੌਣ ਪੁੱਛੋ ਜਿਵੇਂ ਡਿੱਡੂ ਚਿੱਕੜ ਜਾ ਕੇ ਜਿਹੜਾ ਕਮਲ ਦਾ ਫੁੱਲ ਆ ਉਹਦੀ ਕੀਮਤ ਨੂੰ ਨਹੀਂ ਪਛਾਣਦਾ ਜਿਹਨੇ ਧਨ ਨੂੰ ਸਾਰਾ ਕੁਛ ਅਰਪਣ ਕਰ ਦਿੱਤਾ ਐਸੇ ਅਣਜਾਣ ਲੋਕ ਆ ਮਾਇਆ ਪਿੱਛੇ ਕਿਹੜੇ ਕਿਹੜੇ ਪਾਪੜ ਵੇਲਦੇ ਚੌਵੀ ਵਿਸਰਿਆ ਵਿਆ ਸੁਭਿਆ ਵਿਆ ਸਭੀ ਇਸ ਤਰ੍ਹਾਂ ਕਹਿੰਦੇ ਰਾਮਕਰਨ ਸਾਰੀ ਸਾਰੀ ਉਮਰ ਗਵਾ ਰਹੇ ਨਾਮ ਨੂੰ ਚਿਤਵੇਂ ਚਿਤਵੇ ਕਵੀ ਨਾਮ ਨੂੰ ਚਿੱਤ ਦੇ ਵਿੱਚ ਕਦੇ ਵੀ ਉਹ ਹੈਂਜੀ ਨਾਮ ਨਾ ਚਿਤਵੇਂ ਚਿੱਤ ਵੀ ਉਹ ਕਵੀ ਇੱਥੇ ਗਲਤ ਛਪਿਆ ਨਾਮ ਨੂੰ ਚਿੱਤ ਕਦੇ ਵੀ ਚਿਤਵਦੇ ਨਹੀਂ ਸੁੱਖ ਸੁਮ ਬਿਸ ਵਸੈ ਬਸ ਛੇਤੀ ਹਾਂਜੀ ਸੁੱਖ ਵਿੱਚ ਸੰਸਾਰ ਵਿੱਚ ਉਹ ਪਦਾਰਥਾਂ ਨਾਲ ਪਿਆਰ ਕਰਦੇ ਸੁੱਖ ਸੁਮ ਬਿਸਵ ਵਸੈ ਬਸ ਛੇਤੀ ਫਿਰ ਨਾਮ ਨੂੰ ਉਹਦਾ ਚਿੱਤ 'ਚ ਵਸਾਉਂਦੇ ਨਹੀਂ ਹਾਂਜੀ ਨਾਮ ਨਾ ਚਿੱਤ ਮੈਂ ਚਿੱਤ ਵੀ ਉਹ ਕਾਫੀ ਚੇਤੇ ਨਹੀਂ ਕਰਦੇ ਅਤੇ ਨਾਮ ਨੂੰ ਚਿੱਤ 'ਚ ਵਸਾਉਂਦੇ ਨਹੀਂ ਅਤੇ ਸੁੱਖਾਂ ਦੀ ਖਾਤਰ ਵਿਸ਼ਵ ਬਸ ਹੈ ਬਸ ਛੇਤੀ ਬਸ ਉਹ ਸੁੱਖਾਂ ਖਾਤਰ ਸੰਸਾਰ ਵਿੱਚ ਵਸਦੇ ਆ ਪਦਾਰਥਾਂ ਨਾਲ ਪਿਆਰ ਕਰਦੇ ਹਿਰਦੇ ਕਦਾਂ ਸੋਧ ਨਾ ਕੀਤੀ ਹਿਰਦੇ ਕਦੀ ਵੀ ਅੱਗੇ ਬਾਰੇ ਨਹੀਂ ਸੋਚਿਆ ਕਿ ਅੱਗੇ ਮਰ ਕੇ ਕਿੱਥੇ ਜਾਣਾ ਕਿੱਥੇ ਜਾਵਾਂਗੇ ਇਹ ਸਾਨੂੰ ਕੈਸੇ ਸੁੱਖ ਪਾਵੇ ਪਾਦਾ ਕਹਿੰਦੇ ਸੰਸਾਰ ਕਿਵੇਂ ਸੁੱਖ ਪ੍ਰਾਪਤ ਕੀਤਾ ਜਾਵੇ ਕੋਵਿਦ ਹੋ ਤਾਂ ਅਗਾਰੀ ਜਾਵੇ ਹਾਂਜੀ ਵੀ ਕਿਹੜੀ ਵਿਧੀ ਨੇ ਮਤਲਬ ਅਗਲੀ ਦੁਨੀਆ ਜਾਈਏ ਹਿਰਦਾ ਸੰਦੇਹ ਪੈ ਮਜਦੂ ਇਹ ਮੈਨੂੰ ਦੋ ਸ਼ੰਕੇ ਹੋ ਗਏ ਉੱਤਰ ਦਿਓ ਦਇਆ ਨੇ ਸੁ ਇਹ ਦਇਆ ਦੇ ਖਜ਼ਾਨੇ ਮੈਨੂੰ ਉੱਤਰ ਦਿਓ ਦਇਆ ਦੇ ਭੰਡਾਰ ਆ ਸੁਣਕਾਰ ਉਤਪਲ ਦਾ ਲੋਚਨ ਇਹ ਸੁਣ ਕੇ ਕਬਲ ਦੇ ਪੁੱਤਰੇ ਬਣ ਗਏ ਜਿਹਦੇ ਨੇਤਰ ਹਨ ਉਚਰੇ ਬਦਨ ਰੁਚਰ ਦੁੱਖ ਮੋਚਨ ਦੁੱਖਾਂ ਨੂੰ ਮੋਚਨ ਕੱਟਣ ਵਾਸਤੇ ਰੁਚਰ ਸੁੰਦਰ ਵਚਨ ਉਚਾਰੇ ਜਾਗਤ ਪਦਾਰਥ ਹਿਤ ਵੈਰਾਗਾ ਜਾਗਤ ਦੇ ਪਦਾਰਥਾਂ ਵੱਲੋਂ ਬਰਾਗ ਧਾਰੂ ਜਿਹਨੂੰ ਮੋਹ ਨਹੀਂ ਤ੍ਰਿਤੀਆ ਸ਼ਬਦ ਪਦ ਲਖਤ ਸੁਭਾਗਾ ਇਸ ਭਾਗੇ ਸਤੁਰਾਂ ਨੇ ਤੀਜਾ ਸ਼ਬਦ ਕਿਹਾ ਉਚਾਰਿਆ ਲਖਤ ਲਿਖਿਆ ਸ਼੍ਰੀ ਮੁਖ ਇੱਕ ਆਵੇ ਇੱਕ ਜਾਏ ਉੱਠ ਰੱਖੇ ਨਮਸਲਾ ਇੱਕ ਆਉਂਦੇ ਇੱਕ ਜਾਂਦੇ ਆਪਣੇ ਬੜੇ ਬੜੇ ਉੱਚੇ ਨਾਂ ਰਖਾਈ ਜਾਂਦੇ ਆ ਰੱਖੀ ਨਾਮ ਸਲਾਰ ਆਪਣੇ ਬੜੇ ਉੱਚੇ ਨਾਂ ਰਖਾਉਂਦੇ ਆ ਆਪਣੇ ਆਪ ਨੂੰ ਬਹੁਤ ਵੱਡਾ ਕਹਾਉਂਦੇ ਆ ਅਤੇ ਅਸੀਂ ਤਾਂ ਬਹੁਤ ਵੱਡੇ ਹੈਗੇ ਹਾਂ ਇਸ ਤਰ੍ਹਾਂ ਫਿਰ ਆਪਣੇ ਵੱਡੇ ਵੱਡੇ ਜਿਹੜੇ ਨਾਮ ਆ ਉਹ ਸਲਾਰ ਰਖਾਉਂਦੇ ਆ ਇੱਕ ਆਪਾਂ ਮੰਗਤੇ ਕਿਨ ਬੜੇ ਇੱਕ ਮੰਗਤੇ ਪੈਦਾ ਕੀਤੇ ਆ ਕਹਿੰਦੇ ਬੜੇ ਬੜੇ ਦਰਬਾਰ ਆ ਅੱਗੇ ਗਿਆ ਜਾਣੀ ਹੈ ਬਿਨ ਆਵੇ ਬੇਕਾਰ ਕਈ ਭਖਾਰੀ ਹੈ ਕਈ ਉੱਚੀਆਂ ਪਦਵੀਆਂ ਵਾਲੇ ਆ ਕਚਹਿਰੀਆਂ ਲਾਉਂਦੇ ਆ ਦਰਬਾਰ ਬੜੇ ਬੜੇ ਦਰਬਾਰ ਲਾਉਂਦੇ ਅੱਗੇ ਗਿਆ ਜਾਣੀ ਬਿਨ ਆਵੇਗਾ ਪਰ ਅੱਗੇ ਜਾਣਿਆ ਫਿਰ ਅਨੁਭਵ ਕਰੇਗਾ ਕਿ ਨਾਮ ਤੂੰ ਇਹਨਾਂ ਸਭ ਫਜੂਲ ਆ ਦੋਹਰਾ ਤਪ ਕੀ ਹੈ ਜੇ ਇਹਨਾਂ ਸੁਵਾਸਨਾ ਜਨਮ ਅੰਤ ਤਰਸ ਹੋਏ ਜੇ ਕਿਸੇ ਨੇ ਬਾਸ਼ਨਾ ਆ ਕੇ ਤਪ ਕਰਦੇ ਆ ਅਨੇਕਾਂ ਜਨਮ ਧਾਰਨਗੇ ਪਾਏ ਰਾਜ ਜਗ ਵਿਖੇ ਫਸ ਨਰਗਮ ਗੁਣ ਹੋਏ ਫਿਰ ਸੰਸਾਰ ਵਿੱਚ ਰਸਗਸ ਅਤੇ ਬੈਠ ਜਾਣਗੇ ਉਹ ਵੀ ਪ੍ਰਾਪਤ ਹੋ ਪਰ ਅਗਲੀ ਦੁਨੀਆਂ 'ਚ ਉਹਨੇ ਨਰਕਾਂ ਦਾ ਵਾਸਾ ਹੋਏਗਾ ਕਿਉਂਕਿ ਪਾਤਸ਼ਾਹ ਰੱਖੀਏ ਇੱਕ ਨਾਮ ਕਿ ਆਪਣੇ ਉਹਨੂੰ ਬਾਦਸ਼ਾਹ ਸਰਦਾਰ ਸਲਾਰ ਸਰਾਰ ਕਹਾਉਂਦੇ ਇੱਕ ਜਾ ਚਾਚਾ ਤਿੰਨ ਕਈ ਮੰਗਤੇ ਉਹਨਾਂ ਘਰ 'ਚ ਆਉਂਦੇ ਆ ਮੰਗਦੇ ਆ ਕਿੰਚੇ ਦਿਨ ਕਿ ਇਹ ਹਮਲਾਸ ਥੋੜ੍ਹੇ ਦਿਨ ਇੱਥੇ ਦੇ ਭੋਗ ਵਿਲਾਸ ਫਸਿਓ ਮੰਦ ਵਿਸਰੋ ਜਾਂ ਰਸ ਗੰਦਗੀ ਵਿੱਚ ਫਸ ਗਿਆ ਅਤੇ ਰੱਬ ਨੂੰ ਭੁੱਲ ਗਿਆ ਜਮਾਂ ਦਾ ਡਰ ਵੀ ਭੁੱਲ ਅੱਗੇ ਗਏ ਰਹੇ ਤਾਂ ਤਬ ਜਾਣੇ ਫਿਰ ਜਦੋਂ ਅਗਲੀ ਦੁਨੀਆਂ ਵਿੱਚ ਗਏ ਪਤਾ ਲੱਗਾ ਪਏ ਕਿ ਉੱਥੇ ਜਾ ਕੇ ਬੜੀਆਂ ਭੁੱਲਾਂ ਕੀਤੀਆਂ ਮੀਜ ਪਾਨ ਸਿਰ ਧੁਨ ਪਛਤਾਨੇ
ਫਿਰ ਮੇਜ਼ਬਾਨ ਮੈਨੇ ਹੱਥ ਮਲ ਕੇ ਹੈਂ ਅਤੇ ਸਿਰ ਨੂੰ ਧੋਂਦੇ ਆ ਅਤੇ ਪਛਤਾਉਂਦੇ ਆ, ਸਿਰ ਫੇਰਦੇ ਆ, ਸਿਰ ਧੋਣੇ ਮੈਨੇ ਸਿਰ ਨੂੰ ਫੇਰਦੇ ਪਛਤਾਉਂਦੇ। ਮਹਿਮਾ ਨਾਮ ਭਜਨ ਕੀ ਜੋ, ਜਿਹੜੀ ਨਾਮ ਭਜਨ ਦੀ ਮਹਿਮਾ, ਤਬ ਚਿਤਵਤ ਨਿਤ ਬਿਸਰਿਓ ਸੋ। ਫਿਰ ਕਹਿੰਦੇ ਚੇਤੇ ਆਉਂਦੀ ਹੈ ਜਿਸ ਨੂੰ ਨੇ ਸਦਾ ਵਾਸਤੇ ਭੁਲਾ ਦਿੱਤਾ ਸੀ, ਅਣਕ ਤਾਰਨਾ ਤਾਰਨ ਕਰ ਹੀ। ਫਿਰ ਸਜ਼ਾ ਦੇਣ ਵਾਲੇ ਨੇ ਇੱਕ ਤਰ੍ਹਾਂ ਨੇ ਤਾੜਨਾਮਾ ਕਰਦੇ ਆ, ਗਰਮੇ ਗੁਰੂਏ ਸੰਗਲ ਭਰੇ, ਗੱਲ ਦੇ ਬੜੇ ਗੁਰੂਏ ਭਾਰੇ ਸੰਗਲ ਪੈਂਦੇ ਆ। ਤਪ ਥੰਮ ਸੋਇਆਂ 'ਚ ਲਗਾ, ਫਿਰ ਜਿਹੜੇ ਤਪਦੇ ਥੰਮ ਲਾਲ ਸੁਰਖ ਖਿੱਚ ਕੇ ਨਾਲ ਲਾ ਦਿੰਦੇ, ਤੇਲ ਕੜਾ ਤਪ ਤੇ ਮੈਂ ਵਾਏ, ਤਪ ਦੇ ਤੇਲ ਦੇ ਕੜਾਹੇ ਸੁੱਟਦੇ ਦੋਹਰਾ। ਲੋਕ ਖੰਡ ਕਰ ਅਗਨਵਤ ਮੁੱਖ, ਮੁੱਖ ਪਾਵੈ ਕਰ ਮਾਰ, ਲੋਹੇ ਦੇ ਟੁਕੜੇ ਗਰਮ ਕਰਕੇ ਸਜਾਂ ਦੇ ਲਈ ਮੂੰਹ ਦੇ ਵਿੱਚ ਪਾਉਂਦੇ ਆ ਅਤੇ ਮਾਰ ਕਰਦੇ ਆ। ਦਾਰਨ ਦੁੱਖ ਪਗਾਰੀ ਕੋਈ ਨਾ ਸੁਣੂਗਾ, ਦਾਰਨ ਭਿਅੰਕਰ ਹੈ, ਦੁੱਖਾਂ ਤੋਂ ਦੁਖੀ ਹੋ ਕੇ ਉਹ ਫਿਰ ਫਰਿਆਦਾਂ ਕਰਦੇ, ਕੋਈ ਉਹਨਾਂ ਦੀ ਆਵਾਜ਼ ਸੁਣਦਾ ਨਹੀਂ। ਕਹਿੰਦੇ ਉਦੋਂ ਤੂੰ ਸੁਣਦਾ ਕਿਤੇ, ਹੁਣ ਖਾ ਚੋਟਾਂ ਦੋਹਰਾ। ਇਹਦੇ ਆ ਦੁੱਖ ਨਰਕਾਂ ਅਨੇਕਾਂ, ਇਸ ਤਰ੍ਹਾਂ ਨਰਕਾਂ ਦੇ ਅਨੇਕਾਂ ਦੁੱਖ ਆ। ਪਾਵੈ ਨਾਮਹੀਨ ਅਵਿਵੇਕਾ, ਜਿਹੜੇ ਅਗਿਆਨੀ ਨਾਮ ਤੋਂ ਹੀ ਨੇ ਪਾਉਂਦੇ ਹਨ। ਕਰ ਤੋਂ ਵਕਾਰਨ ਵੈਸ ਹੋਇਆ, ਵਕਾਰ ਕਰਦੇ ਉਮਰ ਬਤੀਤ ਕਰਦੀ। ਕਬ ਹੂੰ ਨਾ ਸਿਮਰਨ ਮੈਂ ਲਿਵਲਾਈ, ਕਦੇ ਵੀ ਸਿਮਰਨ 'ਚ ਲਿਵਲਾਈ ਨਹੀਂ। ਜਿਉਂ ਤਸਕਰੋ ਤਰਾਸਤ ਵੇ ਬੇਰੀ, ਜਿਸ ਤਰ੍ਹਾਂ ਚੋਰ ਨੂੰ ਮਾਰ ਪੈਂਦੀ ਦੇਖ ਕੇ ਕੋਈ ਵੀ ਛਡਾਉਣ ਨਹੀਂ ਨਾ ਆਉਂਦਾ। ਕੋ ਨਾ ਸ਼ਰਾਬ ਹੈ ਅਵਗਣ ਹੇਰੀ, ਉਹਦੇ ਔਗਣ ਦੇਖ ਕੇ ਕੋਈ ਛਡਾਉਂਦਾ ਨਹੀਂ। ਜਦੋਂ ਉਹਨੂੰ ਮਾਰ ਪੈਂਦੀ ਹੈ, ਤਸਕਰੋ ਤਰਾਸਤ ਬੇਰੀ, ਜਦੋਂ ਤਸਕਰ ਚੋਰ ਨੂੰ ਤਰਾਸਤ ਡਰ ਦੇ ਕੇ ਮਾਰ ਪੈਂਦੀ ਹੈ, ਕੋਈ ਛਡਾਉਣ ਨਹੀਂ ਆਉਂਦਾ। ਤਿਉਂ ਜਮ ਕੇ ਟੇਕ ਗਏ ਉਹ ਕਿਹਾ, ਇਸ ਤਰ੍ਹਾਂ ਜੰਮ ਦੇ ਕੋਲ ਇਕੱਲਾ ਹੀ ਜਾਂਦਾ, ਪਕੜ ਕੇ ਲੈ ਜਾਂਦੇ। ਅਣਕ ਜਾਤ ਨਾ ਮਹਿ ਦੇਖ ਲਾ, ਛੁਡਾਉਣ ਵਾਲਾ ਕੋਈ ਨਹੀਂ ਅਤੇ ਬੜੇ ਸਜਾਵਾਂ ਪਾ ਕੇ ਦੇਹਲਾ ਦੁਖੀ ਹੁੰਦਾ। ਜਾਤ ਨਾ ਮੈਨੇ ਸਜ਼ਾ, ਦੇਹਲਾ ਦੁਖੀ ਦੋਰਾ। ਸੁਤਮੰਤ ਆਦਿਕ ਰਾਜ ਸੁਖ ਸਵੇ ਪਦਾਰਥ ਪਾਸ, ਪੁੱਤਰ ਇਸਤਰੀ ਰਾਜ ਸੁਸਾਰ ਪਦਾਰਥ ਜੇ ਉਹਦੇ ਕੋਲ ਆ, ਵੈਸ ਵੈ ਨਾਮ ਬਿਨ ਮਾਇਆ ਨਾ ਪ੍ਰਭ ਕੀਤਾ। ਜੇ ਨਾਮ ਬਿਨਾ ਉਮਰ ਵਿਹਾਵੈ ਬਤੀਤ ਕਰਦਾ ਨਾ ਵੈਸ ਉਮਰ, ਅਤੇ ਫਿਰ ਉਹ ਆਪਣੀ ਪਰਮਾਤਮਾ ਦੀ ਉੱਤੇ ਕਿਰਪਾ ਨਹੀਂ ਹੁੰਦੀ, ਮਾਇਆ ਦਇਆ ਨਹੀਂ ਹੁੰਦੀ। ਤਾਸ ਤਿਸਤੇ ਪਾਧੇ ਸੁਣ ਸੁਣ ਵੇਖਿਆ ਚਮਕੀ ਚੌਂਪਾ ਪਾ, ਜੋ ਪਾਤਸ਼ਾਹ ਦੀ ਬਾਣੀ ਸਤਿਗੁਰਾਂ ਦੀ ਪਾਧੇ ਨੂੰ ਸੁਣੀ ਮਨ 'ਚ ਬਹੁਤ, ਹਾਂਜੀ, ਅਤੇ ਜਿਹੜੀ ਚੌਂਪ ਹੈ, ਇੱਛਾ ਸੀ ਲਾਲਸਾ ਸੀ ਜਾਗ ਪਈ। ਗੁਰਬਚ ਅੰਕਸ ਨਾਗਮਨ ਲਾਕਰ ਦੇ ਅਨੁਸਾਰ ਫਿਰ ਸਤਿਗੁਰਾਂ ਦੇ ਬਚਨ ਜਿਹੜੇ ਸੀ ਉਹਦੇ ਮਨ 'ਚ ਹੈ, ਬਚਨ ਰੂਪੀ ਅੰਕਸ ਲੱਗਿਆ, ਨਾਗ ਹਾਥੀ ਰੂਪੀ ਮਨ ਦੇ ਲਾਕਰ ਦੇ ਅਨੁਸਾਰ, ਹਾਂਜੀ। ਫਿਰ ਕਹਿੰਦੇ ਕਿ ਲੱਖ ਕਰ ਦੇ ਅਨੁਸਾਰ, ਫਿਰ ਜਾਣ ਕੇ ਉਹਦੇ ਅਨੁਸਾਰ ਜਦੋਂ ਸੁਣਿਆ ਸਾਧੂ ਨੇ ਬਚਨਾਂ ਨੇ, ਉਹਦੇ ਮਨ ਵਿੱਚ ਕਈ ਤਰ੍ਹਾਂ ਦੀ ਫਿਰ ਪਥਲ ਪਥਲ ਵੀ ਮਚਾ ਦਿੱਤੀ। ਹੈਂ ਫਿਰ ਇਸ ਤਰ੍ਹਾਂ ਫਿਰ ਮਨ ਦੇ ਵਿੱਚ ਸੋਚਦਾ ਕਿ ਮੈਂ ਤਾਂ ਕਿੱਧਰ ਸੀ ਅਤੇ ਗੁਰੂ ਮਹਾਰਾਜ ਕੀ ਉਪਦੇਸ਼ ਦੇ ਰਹੇ ਆ। ਇਸ ਵਾਸਤੇ ਫਿਰ ਉਹ ਮਨ ਦੇ ਵਿੱਚ ਬੜਾ ਭੈਭੀਤ ਵੀ ਹੋ ਗਿਆ ਕਿ ਗੁਰਬਚ ਅੰਕਸ ਨਾਗਮਨ ਲਾਕਰ ਦੇ ਅਨੁਸਾਰ। ਫਿਰ ਮੁਕਤੀ ਦੇਣ ਵਾਲੇ ਸੁੰਦਰ ਜਿਹੜੇ ਵਾਕ ਸੀ ਸਤੂਰਾਂ ਦੇ, ਸੁਣ ਕੇ ਉਹਦੇ ਮੁਤਾਬਕ, ਹਾਂਜੀ, ਕਲਾਵਾਨ ਤੋਂ ਮੈਂ ਮਨ ਮੰਨੇ ਜਾਣੇ, ਮੈਂ ਤੁਹਾਨੂੰ ਕਲਾਵਾਨ ਜਾਣੇ ਮਨ 'ਚ, ਰੋਚਰ ਵਜਨਦਾਨੀ ਕਲਿਆਣ, ਵਚਨ ਬੜੇ ਸੁੰਦਰ ਆ ਕਲਿਆਣ ਦੇਣ ਵਾਲੇ। ਇੱਕ ਸ਼ੰਕਾ ਸੰਕਤ ਮਨ ਹੈ, ਮਨ 'ਚ ਇੱਕ ਸ਼ੰਕਾ ਹੈ, ਉੱਤਰ ਉਲਖ ਗੁਰਜਨ ਹੈ। ਹੇ ਸਤਿਗੁਰੂ ਮੈਨੂੰ ਕਿਰਪਾ ਕਰਕੇ ਉੱਤਰ ਦੇਣਾ ਕਰੋ, ਭਾਵ ਜਨਮੇ ਨੇ ਮੈਨੂੰ। ਜੇ ਸੁਲਤਾਨ ਖਾਨ ਵਸਨੇ ਹੋ, ਜਿਹੜੇ ਸੁਲਤਾਨ ਖਾਨ ਮੋਚ ਫਸੇ ਆ, ਨਾਮ ਸਮਾਰਿਆ ਭੁੱਲਣਾ ਕਿਉਂ, ਭੁੱਲ ਕੇ ਵੀ ਕਿਸੇ ਨਾਮ ਨੂੰ ਚੇਤੇ ਨਹੀਂ ਕਰਦੇ, ਤੈਨੂੰ ਕਿਉਂ ਕਿਉਂ ਪੈ ਦੇ ਤੈਨੂੰ ਸਵਾਮੀ, ਉਹਨਾਂ ਨੂੰ ਫਿਰ ਉਹ ਮਾਲਕ ਪੈ ਕੇ ਨਹੀਂ ਦਿੰਦਾ। ਜਾਂਦੀ ਸਿਮਰ ਅੰਤਰ ਜਾਵੇ, ਜਿਸ ਵਾਸਤੇ ਉਹਦਾ ਸਿਮਰਨ ਕਰਨ, ਨਿਰਭਉ ਬਿਸ਼ਨ ਮੈਂ ਰਚ ਮਾਨਵ, ਨਿਰਭਉ ਕੇ ਬਿਸ਼ਨਾਂ ਵਿੱਚ ਪੁਰਸ਼ ਰਚੇ ਹੋਏ, ਭੁੱਲੇ ਭਜਨ ਨਾਇਕ ਨਾ ਜਾਣਵ, ਕਿ ਭੁੱਲੇ ਥੋੜ੍ਹਾ ਵੀ ਭਜਨ ਨਹੀਂ ਜਾਣਦੇ ਹਨ ਨਾਇਕ ਥੋੜ੍ਹਾ। ਮਨ ਕੀ ਤਨ ਤਨ ਮੈਂ ਅਤ ਪ੍ਰੀਤੂ, ਮਨ ਬਣੀ ਸਰੀਰ ਕਾ ਧਨ ਪ੍ਰੀਤੀ, ਤਜ ਨਾ ਸਕੇ ਦ੍ਰਿੜ ਪ੍ਰੀਤੂ, ਤਿਆਗ ਨਹੀਂ ਸਕਦੇ ਮਨ 'ਚ ਉਧਰੀ ਦ੍ਰਿੜ ਭਰੋਸਾ ਹੈ ਦੋਹਰਾ। ਥਿਰਤਾ ਸੀ ਸੰਸਾਰ ਮੈਂ ਲਖ ਸੰਚਤ ਅਤ ਆਤ, ਹਾਂਜੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ
ਪਾਧੇ ਨੂੰ ਦੱਸਦੇ ਆ। ਉਹ ਸਮਝਦਾ ਸੰਸਾਰ ਸਦਾ ਇੱਥੇ ਰਹਿਣ ਵਾਲਾ, ਇਸ ਕਰਕੇ ਬਹੁਤਾ ਧੰਨ ਆਤਮੇ ਨੇ ਮਾਇਆ ਇਕੱਠੀ ਕਰਦੇ ਆ ਸੰਚਿਤ। ਸੁਣ ਤੂੰ ਸੁਣੋ ਨਾਨਕ ਪੰਥ ਨਾਨਕ ਦੀ ਨੂੰ ਪਾਧੇ ਦੀ ਇਹ ਗੱਲ ਸੁਣ ਕੇ ਦੁਨੀਆ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਗਰੀਬਾਂ ਦੇ ਸਤਿਗੁਰੂ ਨੇ ਬਾਣੀ ਕਹੀ ਆਪਣੇ ਮੁਖਾਰਵਿੰਦ ਤੋਂ। ਇਹ ਪਾਧੇ ਸੁਣ ਲੈ ਸ਼੍ਰੀ ਮੁਖ ਵਾ। ਪੈ ਤੇਰਾ ਡਰ ਅਗਲਾ ਖਬ ਖਬ ਖਿਜਿਆ ਦੇ, ਨਾਮ ਜਨ ਸੁਲਤਾਨ ਖਾਨ ਗੋਦੇ ਠੇਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇਹ। ਇਹ ਨਾ ਕਰ ਮੈਂ ਤੇਰੇ ਡਰ ਕਰਕੇ, ਬਹੁਤ ਡਰਿਆ ਹੈ ਔਰ ਦੁੱਖਾਂ ਕਰਕੇ ਬੜਾ ਵਿਆਕਰ ਹੈ ਮੇਰਾ ਸਰੀਰ ਵੀ ਜਿਹੜਾ ਛਿੱਜ ਰਿਹਾ ਨਾਸ ਹੋ ਰਿਹਾ। ਅਤੇ ਜਿਨ੍ਹਾਂ ਦੇ ਨਾਮ ਸੁਲਤਾਨ ਖਾਨ ਉਹ ਵੀ ਮਿੱਟੀ 'ਚ ਰੁਲਦੇ ਦੇਖੇ ਆ। ਪਾਤਸ਼ਾਹ ਜਾਂ ਪੁਰਾਣੀ ਦੁਨੀਆ ਤੋਂ ਚਲੇ ਜਾਂਦਾ, ਸਾਰੇ ਝੂਠੇ ਪਿਆਰ ਵੀ ਟੁੱਟ ਜਾਂਦੇ ਆ। ਚੌਵੀ ਨਿਸ ਵਸਰ ਇਹ ਸਰਸ ਡਰਾਇਓ, ਦਿਨ ਰਾਤ ਬਹੁਤ ਡਰਾਉਂਦਾ ਹੈ ਸਰਸ ਮੈਨੇ ਬਹੁਤ ਮੰਦਮਤੀ ਪਾ ਪੈ ਉਸ ਬੁਲਾ ਭੈੜੀ ਬੁੱਧੀ ਵਾਲਾ ਹੋ ਕੇ ਰੱਬ ਦੇ ਭੈਣ ਨੂੰ ਭੁੱਲ ਗਿਆ। ਛਿਣ ਛਿਣ ਆਯੁਰ ਬੀਤ ਜਾਏ, ਛਿਣ ਛਿਣ ਉਮਰ ਬੀਤੀ ਜਾਂਦੀ ਹੈ ਔਰ ਦਿਨ ਦਿਨ ਦੇਹ ਦਾ ਹਾਂ ਦਸ਼ਾ ਪਲਟਾਈ, ਦਿਨ ਦਿਨ ਸਰੀਰ ਦੀ ਵੀ ਹਾਲਤ ਬਦਲਦੀ ਜਾਂਦੀ। ਪਹਿਲਾਂ ਬਾਲ ਸੀ, ਜਵਾਨ ਹੋਇਆ, ਬੁੱਢਾ ਹੋਇਆ, ਫਿਰ ਮੌਤ ਦੇ ਮੂੰਹ ਚੱਲ ਜਾਂਦਾ। ਬੇਸ਼ਣ ਮੈਂ ਖੱਪ ਉਹ ਕਰਨੇ ਹਾਂ, ਬੇਸ਼ਣ 'ਚ ਬਹੁਤਾ ਖੱਪ ਕੇ ਗਲਤਾਨ ਹੋ ਗਿਆ, ਮੋਹ ਦੇ ਵਿੱਚ ਫਸਿਆ ਆ। ਪਰਿਵਾਰ ਦੇ ਅੰਤ ਕਰ ਮੈਂ ਸ਼ਹੀਦ, ਹੰਸ ਸਮੇਂ ਦੇਹ ਦਾ ਵੀ ਨਾਸ ਹੋ ਜਾਣਾ। ਨਾਉ ਖਾਨ ਸੁਲਤਾਨ ਭਨੇਹੀ, ਜਿਹਨਾਂ ਨੂੰ ਸੁਲਤਾਨ ਜਾਂ ਖਾਨ ਕਹਿੰਦੇ ਸੀ, ਭਨੇਹੀ ਕਹਿੰਦੇ ਸੀ, ਨਿਸ਼ਟਾਪ ਤਾਂ ਮਿਲ ਦੇਖੇ, ਉਹ ਵੀ ਮਿੱਟੀ 'ਚ ਮਿਲਦੇ ਦੇਖੇਗਾ। ਪੂਰੋ ਨੇ ਦੇਹੇ ਤੁਹਾਨੂੰ ਜੋ ਸਰੀਰ ਧਨ ਦਾ ਜਿਹੜਾ ਪਿਆਰ ਬਿਲਕੁਲ ਝੂਠਾ ਹੈ। ਛੋਟ ਚੱਲਿਓ ਬਸ ਚੱਲ ਦੇਣਾ ਕੋ, ਛੱਡ ਕੇ ਚਲੇ ਜਾਂਦਾ ਕੋਈ ਬਸ ਨਹੀਂ ਚੱਲਦਾ। ਨਾ ਜਾਵੇ ਇਹ ਸੰਗ ਅਗਾਰੀ, ਇਹ ਚੀਜ਼ਾਂ ਨਾਲ ਨਹੀਂ ਜਾਂਦੇ ਅੱਗੇ, ਜਿਹਨੇ ਹੇਤ ਨਹੀਂ ਬਾਜੀ ਹਾਰੀ, ਜਿਹਨਾਂ ਚੀਜ਼ਾਂ ਲਈ ਜੀਵਨ ਦੀ ਬਾਜੀ ਹਾਰਤੀ, ਨਾਮ ਜਪ ਕੇ ਜੀਵਨ ਨਹੀਂ ਸਵਾਰਿਆ। ਦੋਹਰਾ ਗਿਆਨ ਹੀ ਨਾ ਗਿਆਨ ਮੈਂ ਨਾ ਜਾਣਾ ਨਿਜਕਾਲ, ਇਹ ਮੂਰਖ ਮੂਰਖਾ ਬਸ ਹੋਇਆ, ਮੌਤ ਨੂੰ ਤਾਂ ਜਾਣਦੇ ਨਹੀਂ ਭਲਾਈ ਬੈਠਾ। ਨੈਣ ਹੀ ਜੋ ਜਾਤ ਹੈ ਸਾਹਮਣੇ ਸਰਬਸਾਰ, ਜਿਵੇਂ ਇਹਨਾਂ ਪੁਰਖ ਹੈ ਨਾ, ਬੜਾ ਸੱਪ ਸਾਹਮਣੇ ਲੱਗ ਜਾਂਦਾ, ਉਹਨੂੰ ਪਤਾ ਹੀ ਨਹੀਂ ਹੈ। ਚੌਪੇ ਕਰਨਾ ਕਰ ਸਤਿਗੁਰੂ ਜਿਸ ਫਿੱਟ, ਉਹਦੀ ਮਿਹਰ ਹੋਵੇ ਜਿਹਨੂੰ ਗੁਰੂ ਮਹਾਰਾਜ ਮਿਲ ਜਾਣ, ਅਤੇ ਕੋਲ ਕਹਿਣਾ ਜਾਊ ਕਿ ਫਿੱਟ ਹੈ, ਉਹਨਾਂ ਨੂੰ ਜੰਮਦੀਆਂ ਫੇਟ ਸੱਚਾ ਨਹੀਂ ਸੱਟਾਂ ਨਹੀਂ ਲੱਗਦੀਆਂ। ਕਰ ਉਪਦੇਸ਼ ਗਿਆਨ ਦੇ ਨੈਣਾ, ਫਿਰ ਸਤਿਗੁਰ ਉਪਦੇਸ਼ ਗਿਆਨ ਰੂਪੀ ਅੱਖਾਂ ਬਖਸ਼ ਦਿੰਦੇ ਆ, ਗਿਆਨ ਵਿਰਾਗ ਦੇ ਨੇਤਰ ਦੇ ਦਿੰਦੇ ਆ। ਸਰਬ ਕਾਲ ਕੋ ਕਬ ਤੇ ਭੈਣ, ਮੌਤ ਰੂਪੇ ਸੱਪ ਦਾ ਫਿਰ ਡਰ ਨਹੀਂ ਰਹਿੰਦਾ। ਲਾਗੀ ਨਾਮ ਵਿਖਾ ਲਿਵ ਮਨਕੀ, ਨਾਮ ਵਿੱਚ ਲਿਵ ਜੁੜੀ ਰਹਿੰਦੀ, ਚੇਤੇ ਪ੍ਰੀਤ ਜੀ ਤਨ ਤਨ, ਚਿੱਤ 'ਚੋਂ ਤਨ ਤਨ ਦੀ ਪ੍ਰੀਤੀ ਤਿਆਗਤੀ, ਪਰਮਾਰਥ ਮੈਂ ਦ੍ਰਿਸ਼ਟ ਲਗਾਈ, ਪਰਮਾਰਥ ਮੁਕਤੀ ਵਾਲੇ ਰਸਤੇ ਸੁਰਤ ਲਾਈ, ਜਾ ਕਰ ਤੇ ਬਿਰਤ ਉਠਾਈ, ਸੰਸਾਰੀ ਧੰਦਾ ਬਿਰਤੀ ਨੂੰ ਉੱਪਰ ਚੁੱਕ ਲਿਆ। ਦਿਆ ਦੇ ਮਿੱਥੇ ਸਭ ਜਾਣੇ, ਸਰੀਰ ਆਦਿ ਸਾਰਾ ਕੁਛ ਝੂਠਾ ਹੈ, ਵਿਸ਼ੇ ਵਾਸ਼ਨ ਮਨ ਵਿਸਰਨ, ਵਿਸ਼ੇ ਵਾਸ਼ ਨੂੰ ਮਨ ਤੋਂ ਭੁਲਾ ਦਿੱਤਾ ਹੈ, ਨਿਹ ਸਰੂਪ ਕੋ ਭੈ ਭੁਲਾਵਾ, ਫਿਰ ਆਪਣੇ ਸਰੂਪ ਨੂੰ ਭੁੱਲ ਗਿਆ ਅਤੇ ਜਾਣਨ ਕੋ ਚਿਤ ਲਚਾਵਾ, ਪ੍ਰਭੂ ਨੂੰ ਜਾਣਨ ਵਾਸਤੇ ਫਿਰ ਮਨ ਲਚਾਉਂਦਾ। ਦੋਹਰਾ ਸਤਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ, ਸਤਸੰਗਤ ਕਰਨਾ ਅਭਿਆਸ ਦ੍ਰਿੜ ਪੱਕਾ ਹੋ ਜਾਂਦਾ। ਗਏ ਭੁਲਾਵਾ ਪਰਮ ਕਾਲ ਸਹਿਜ ਸੁਖੇ ਪ੍ਰਕਾਸ਼, ਸਾਰੇ ਸ਼ੰਕੇ ਮਿਟ ਜਾਂਦੇ ਆ, ਭੁਲਾਵਾ ਚੱਲ ਜਾਂਦਾ, ਸਹਿਜ ਸੁਖ ਦਾ ਪ੍ਰਕਾਸ਼ ਹੋ ਜਾਂਦਾ। ਚੌਪੇ ਦੇਹ ਦੁਖੀ ਅਤੇ ਦੁੱਖ ਨੇ ਮੰਨ, ਸਰੀਰ ਦੁਖੀ ਹੋਵੇ ਫਿਰ ਦੁੱਖ ਨਹੀਂ ਮੰਨਦਾ, ਗਿਆਨ ਅਣਕ ਬਿਲਾਸ ਸੁਖ ਨੇ, ਅਨੇਕਾਂ ਭੋਗਾਂ ਨਾਲ ਸੁੱਖ ਨਹੀਂ ਜਾਣਦਾ। ਤਿਰਤਾ ਪੈਣਾ ਡੋਲਿਆ ਸੋਊ, ਟਕਾ ਪਾਲਾਂ ਦਾ ਫਿਰ ਨਹੀਂ ਡੋਲਦਾ। ਰਹੇ ਇੱਕ ਰਸ ਦੁਆਤ ਹੈ ਖੂਹ, ਦੁਆਤ ਨੂੰ ਆਸ ਕਰਕੇ ਇੱਕ ਰਸ ਰਹਿੰਦਾ ਹੈ। ਜਨਮ ਮਰਨ ਤਿੰਨ ਤੇ ਛੁੱਟ ਗਏ, ਜੰਮਣ ਮਰ ਤੋਂ ਛੁਟਕਾਰਾ ਹੋ ਗਿਆ, ਹਰ ਪਦ ਪੈ ਮੁਕਤ ਸੋ ਪੈ, ਨਿਰੰਕਾਰ ਦੀ ਪਦ ਵੀ ਪਾ ਕੇ ਮੁਕਤ ਹੋ ਗਿਆ। ਆਸਵੇਂ ਪਾਧਾ ਹਿਰਦੇ ਤ੍ਰੀਜੇ, ਇਸ ਤਰ੍ਹਾਂ ਪਾਧਾ ਹਿਰਦੇ ਧਾਰ ਲੈ, ਤਨ ਮਨ ਮੂਲ ਕਰੀਜੇ, ਇਹ ਧਨ ਦਾ ਜਿਹੜਾ ਹੰਕਾਰ ਮੂਲ ਕਦਾ ਚੇਤਨਾ ਕਰੀ, ਹਰ ਸਿਮਰਨ ਕਰ ਆਪਾ ਹਰੀਏ, ਹਰੀ ਦਾ ਸਿਮਰਨ ਕਰਕੇ ਆਪਾ ਪਵ ਹੰਕਾਰ ਤਿਆਗ ਦੇਈਏ। ਹਰ ਬਿਨ ਅੰਤ ਦ੍ਰਿਸ਼ਟ ਨਾ ਤਰੀਏ, ਹਰੀ ਬਿਨ ਹੋਰ ਕਿਸ ਦ੍ਰਿਸ਼ਟੀ ਨਾ ਲਿਆਈਏ, ਦੁਰਲੱਭ ਨਰ ਤਨ ਕਰੋ ਸਕਾਰ, ਇਹ ਦੁਰਲੱਭ ਮਨੁੱਖ ਜਾਮੀ ਨੂੰ ਸਕਾਰਤ ਸਫਲਾ ਕਰੋ, ਉਹਨਾਂ ਜਨਮ ਪਾਵ ਹੈ ਪਰਮਾ, ਉਹਨਾਂ ਜਨਮ ਨਹੀਂ ਹੋਏਗਾ ਫਿਰ ਪਰਮਾਰਥ ਜੀਵਨ ਮੁਕਤੀ ਦੇ ਆਨੰਦ ਨੂੰ ਪਾ ਲਏਗਾ। ਦੋਹਰਾ ਸੁਣ ਪਾਦਾ ਪਾਇਨ ਪਰਾ ਸੁਬੰਧ ਮਤਮ, ਇਹ ਬਚਨ ਸੁਣ ਕੇ ਪਾਦਾ ਮਾਰੇ ਚਰਨੀ ਪੈ ਕਹਿਣ ਲੱਗਾ, ਅਸੀਂ ਮਤ ਮੰਦ, ਅਸੀਂ ਤਾਂ ਭੈੜੀ ਬੁੱਧੀ ਵਾਲੇ ਹਾਂ ਪਾਤਸ਼ਾਹ, ਬੰਧਨਾਂ 'ਚ ਫਸੇ ਹੋਏ, ਲਖੀ ਨੇ ਤੁਬਗਤ ਜਾਵੇ ਹੀ ਪਾਪ ਧਰਮ, ਤੁਹਾਡੀ ਗਤੀ ਨਹੀਂ ਜਾਣੀ ਜਾਂਦੀ, ਸੋਭਾ ਜਾਣੀ ਨਹੀਂ ਜਾਂਦੀ, ਤੁਸੀਂ ਤਾਂ ਅਵਤਾਰ ਹੋ ਮੁਕੰਦ ਮੁਕਤੀ ਦਾ, ਤੇ ਹੋ ਚੌਪੇ ਬਦਨ ਗਿਰਾ ਤਬ ਜਿਉਂ ਕਰਵਾਰਾ, ਤੁਹਾਡੀ ਜਿਹੜੀ ਬਾਣੀ ਤਲਵਾਰ ਵਾਂਗੂ
ਗਿਆਨ ਸਨ ਪਰ ਤੇ ਖਰ ਧਰਮ। ਇਹ ਗਿਆਨ ਦੀ ਸਣ ਤੇ ਲਾ ਕੇ ਬੜੀ ਤੇਜ਼ ਕੀਤੀ ਹੋਈ ਹੈ। ਭਗਤ ਮੁਸ਼ਟ ਕੇ ਸੰਘ ਜੜੀ, ਭਗਤੀ ਰੂਪ ਮੁੱਠ ਜੜੀ ਨਾਲ ਜੜੀ ਹੋਈ ਹੈ। ਦਿੜ ਵਿਰਾਗ ਆਕਾਰ ਘੜੀ ਸੋ, ਔਰ ਫਿਰ ਵਿਰਾਗ ਦੇ ਆਕਾਰ ਵਿੱਚ ਇਹ ਘੜੀ ਹੋਈ ਹੈ, ਘਟੀ ਸੋ ਘੜੀ ਹੋਈ ਹੈ। ਜੋ ਸੂਰ ਹੈ ਸਨਮੁਖ ਤਾਵੇ, ਜਿਹੜਾ ਸੂਰ ਸਾਹਮਣੇ ਆਪ ਤਾਵੇਗਾ ਦੌੜ ਕੇ ਜਾਏਗਾ, ਅੰਗ ਅਗਿਆਨ ਤਾਂ ਹੀ ਘੱਟ, ਅਗਿਆਨ ਰੂਪਿਆਂ ਕੱਟੇ ਜਾਣਗੇ। ਨੇ ਸਰੂਪ ਕੀ ਲਾਗਤ ਹੋਵੇ, ਉਹਨੂੰ ਆਪਣੇ ਸਰੂਪ ਦੀ ਪਹਿਚਾਣ ਹੋ ਜਾਏਗੀ, ਜਾਣਕਾਰੀ ਮਿਲ ਜਾਏਗੀ, ਅਤੇ ਪੜ ਮਿਲੇ ਉਹ ਸਵਰਗ ਸੁੱਖ, ਉਹ ਸੂਰਮੇ ਸਵਰਗਾਂ ਦਾ ਸੁੱਖ ਮਿਲੇਗਾ। ਵਿਸ਼ੇ ਫਸੇ ਕਾਤਰ ਡਰਪਾਈ, ਬਕਾਰਾਂ ਫਿਰ ਜਿਹੜੇ ਡਰਪੋਕ ਹੈ ਉਹ ਡਰਨਗੇ। ਬਿਮੁੱਖ ਪਹਿਨੇ ਤੀਰ, ਬੇਮੁੱਖ ਹੋ ਗਿਆ ਤੀਰ ਜਿੰਨੀ ਕਰਨਗੇ ਧਾਰਨਗੇ। ਗਏ ਲੋਕ ਪਰ ਲੋਕ ਵਾਰਾ, ਲੋਕ ਪਰ ਲੋਕ ਵਿਗਾੜ ਕੇ ਚਲ ਗਏ। ਤਨ ਤਨ ਮਨੁੱਖ ਪਿਛ ਪੱਗ ਧਾਰਾ, ਫਿਰ ਮਨੁੱਖਾ ਯੁੱਧ ਵਿੱਚ ਪਿੱਛੇ ਪੈਰ ਰੱਖ ਲਿਆ, ਹਟਾ ਲਿਆ ਕਾਇਰ ਹੋ ਗਿਆ ਦੋਹਰਾ। ਅਕਸ ਕਰਨਾ ਕਰੀ ਦੇਖ ਦੀਨ ਕਰਤਾਰ, ਮੁਕਤੀ ਦਾਤੇ ਨੇ ਪਾਧੀ ਦੀਨਤਾ ਦੇ ਕੇ ਫਿਰ ਸੁੱਤੇ ਸਿੱਧ ਗਤ ਦਨ ਕਲਿਆਣ ਦਨ ਕਿਰਪਾ ਕਰਤੀ। ਲਿਵਲਾਗੀ ਮਨ ਭਜਨ ਕੀ ਸੁਣੇ ਬਹਿਨ ਯੋਗ, ਭਜਨ 'ਚ ਲਿਵਲਾਗੀ ਜਦੋਂ ਮਹਾਰਾਜ ਬਚਨ ਸੁਣੇ ਚੌਪੇ, ਤਬ ਕਪੋਲ ਕਲ ਬੋਲ ਅਮੋਲ, ਤੁਹਾਡੀਆਂ ਗੱਲਾਂ ਬੜੀਆਂ ਸੋਭਨੀਕ ਸੁੰਦਰ ਅਮੋਲਕ ਬਚਨ ਹਨ, ਜਿਉਂ ਤਾਲੀ ਗੁਣ ਕੁਲ ਫੈ ਖੋਲੇ। ਜਿਵੇਂ ਹੈਂਜੀ ਆਪਣੇ ਜਿਹੜਾ ਜਿੰਦਾ ਸੀ, ਕੁੰਜੀ ਰੂਪੀ ਬਾਣੀ ਗੁਣਾ ਰੂਪੀ ਪਿੰਜਰੇ ਨੂੰ ਖੋਲਦੀ ਹੈ। ਕੁਲ ਫਜਿੰਦਰਾ ਬਾਗਨ ਉਚਿਤ ਮੈਂ ਯੋਗ ਹਨ, ਮੈਂ ਜਿਹੜੇ ਅਯੋਗ ਬਚਨ ਕਹੇ, ਖਿਮਾ ਕਰੋ ਅਬ ਸ਼੍ਰੀ ਪ੍ਰਭ ਜਾਨੇ, ਮੈਨੂੰ ਖਿਮਾ ਕਰੋ, ਮੈਂ ਤੁਹਾਨੂੰ ਹੁਣ ਜਾਣ ਲਿਆ, ਤੁਸੀਂ ਆਪ ਪਰਿਪੂਰਨ ਪਰਮਾਤਮਾ ਹੋ। ਅਸ ਕਹਿ ਬਾਰੋਂ ਵਾਰ ਪਦ ਬੰਦ, ਐਸਾ ਕਹਿ ਕੇ ਬਾਰ ਬਾਰ ਚਾਨਣ ਨਮਸਕਾਰ ਕੀਤੀ। ਤੁਸੀਂ ਦਰਸ਼ਨ ਤਰੈ ਤਾਪ ਨੂੰ, ਤੁਹਾਡੇ ਦਰਸ਼ਨ ਤਿੰਨਾਂ ਤਾਪਾਂ ਦਾ ਨਾਸ ਕਰਨ ਵਾਲੇ ਹਨ, ਨਾਮ ਤਰੈ ਕਾਲੂ ਨੰਦਨ। ਕਹਿੰਦੇ ਹੁਣ ਆ ਕੇ ਮਹਿਤਾ ਕਲਿਆਣ ਚੰਦਰ ਦੇ ਪੁੱਤਰ ਕਹਾਇਆ, ਨਰ ਤਾਰਨ ਗੱਲ ਕੇ ਮਤ ਮੰਦਨ, ਮਤਹੀਣ ਲੋਕਾਂ ਨੂੰ ਕਲਯੁਗ ਤਾਰਨ ਵਾਸਤੇ ਬਹਰੋ ਪੈ ਦੂਸ਼ਣੀ ਪਾਉਂਦਾ। ਫਿਰ ਪੌਦਾ ਚੁੱਪ ਹੋ ਗਿਆ, ਔਰ ਲਾਹ ਕਰ ਸੁੱਖ ਅਕਥ ਹੈਗਾ ਤਾਂ ਹਿਰਦੇ ਜਾਣ ਲਿਆ, ਅਤੇ ਸੁੱਖ ਸਰੂਪੀ ਅਕਥਨੀ ਹੈ ਅਕਾਧਾ ਡੂੰਘੀ ਡੂੰਘੇ ਮਹਾਨ ਹਨ। ਪਾ ਆਨੰਦ ਮੁਕੰਗ ਮਠਿਆਈ, ਕਹਿੰਦੇ ਵੀ ਜਿਸ ਤਰ੍ਹਾਂ ਜਿਹੜਾ ਮੁਕੰਗ ਗੁੰਗਾ ਆ ਆਨੰਦ ਤਾਂ ਹੁੰਦਾ, ਮਠਿਆਈ ਖਾ ਕੇ ਬੋਲ ਕੇ ਦੱਸ ਨਹੀਂ ਸਕਦਾ। ਤੱਤ ਵੇਦਨ ਕੀ ਪਦਵੀ ਪਾ, ਤੱਤ ਵੇਤੀਆਂ ਦੀ ਪਦਵੀ ਪਾਦੇ ਨੇ ਪਾ ਲਈ, ਮਨ ਜਿਹੜਾ ਸੀ ਸ਼ਾਂਤ ਹੋ ਗਿਆ। ਇਹ ਸ਼੍ਰੀ ਗੁਰੂ ਨਾਨਕ ਪੁਰਾ ਗ੍ਰੰਥ ਦੇ ਪੂਰਵਾਰ ਦੇ ਗੋਪਾਲ ਪਾਦੇ ਪ੍ਰਤੀ ਉਪਦੇਸ਼ ਪ੍ਰਸੰਗ ਵਰਨ ਨਾਮ ਕਸ਼ਟ ਨੂੰ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।